ਪਖਾ ਕੇ ਗਿਆ ਤਾਲਾ ਉਂਝ ਭਗਤ ਮੈਂ ਉਹਨੂੰ ਆਉਂਦਾ ਹਾਂ ਭਗਤ ਸਿੰਘ ਭਗਤ ਸਿੰਘ ਜੀ ਜੀ ਉਹਨਾਂ ਦਾ ਜਿਹੜਾ ਪਿਓ ਜਿਹੜਾ ਸੀ ਨਾ ਭਗਤ ਸਿੰਘ ਦਾ ਉਹਦਾ ਨਾਂ ਹਾਕਮ ਸੀ ਠੀਕ ਹੈ ਹਾਕਮ ਸਿੰਘ ਜਿਹੜੇ ਦੂਜੇ ਹਨ ਪੋਤਰੇ ਉਹਦੇ ਹਨ ਇੱਥੇ ਉਹ ਤਾਂ ਉਹਨਾਂ ਦਾ ਮਰ ਗਿਆ ਸੀ ਦੁਆ ਖਜਾਨ ਅਤੇ ਉਹ ਜਿਹੜੇ ਪੋਤਰੇ ਦਾ ਨਾਮ ਇੱਕ ਦਾ ਨਾਮ ਮੁਨਸ਼ਾ ਸਿੰਘ ਸੀ ਅਤੇ ਛੋਟਾ ਜਿਹੜਾ ਸੀ ਉਹਦਾ ਨਾਮ ਮਤਲਬ ਆਪਣਾ ਕਿਰਪਾਲ ਸਿੰਘ ਸੀ ਜੀ ਉਹਦੇ ਛੋਟਾ ਜਿਹੜਾ ਸੀ ਉਹਦਾ ਨਾਂ ਤਾਰਾ ਸਿੰਘ ਸੀ ਕੌਣ ਮਾਰਦਾ ਹੁੰਦਾ ਸੀ ਮੈਂ ਬਚਪਨ ਚੰਗੀ ਸੀ ਨਾ ਤਾਕਤ ਨਵੇਰੇ ਸ਼ਵੇਰੇ ਰੱਖੇ ਹੁੰਦੇ ਹਨ ਅਤੇ ਜਾਣਾ ਸਕੂਲੇ ਅਤੇ ਫਿਰ ਜਿਹੜਾ ਜਿਹੜਾ ਵੀ ਮਤਲਬ ਦੋ ਲਾ ਦੇਣੀਆਂ ਮਤਲਬ ਇੱਕ ਸਾਡੇ ਪਾਪ ਨੂੰ ਆਖਦਾ ਜਿਹੜਾ ਤਾਰਾ ਸਿੰਘ ਸੀ ਨਾ ਸਾਡੇ ਬਾਪ ਨੂੰ ਆਖਦਾ ਗਾ 50 ਡੰਗਰ ਨੇ ਸਾਡੇ ਇੱਕ ਸਾਈ ਹੈ ਸਾਡਾ ਖੜ੍ਹੇ ਨੇ ਖੂਹ ਦੇ ਉੱਤੇ ਮੈਂ ਵੀ ਕੋਲ ਹੀ ਖੜ੍ਹਾਂ ਆਖਦਾ ਗਾ ਐਵੇਂ ਥੋੜ੍ਹਾ ਚਿਰ ਚ ਹੱਲਾ ਜੁਲਾ ਹਾਂ ਮਤਲਬ ਕੋਈ ਦੋ ਦਿਨ ਅਸੀਂ ਹਿੱਲੇ ਸਾਡੇ ਪੈਰ ਨਹੀਂ ਖਲੋਂਦੇ ਪਏ ਮਕਾਨ ਉਹ ਨਾ ਫਿਰ ਇੱਥੇ ਆ ਗਏ ਨਾ ਫੜ ਫੜ ਕੇ ਨਾ ਅਤੇ ਇੱਕ ਅੰਦਰ ਇਕੱਠੇ ਕਰੀ ਗਏ ਉਹਨਾਂ ਨੂੰ ਜਿਹੜੇ ਸਾਡੇ ਬੰਦਿਆਂ ਨੂੰ ਮਿਲਣ ਸਾਡੇ ਬਾਪ ਸੀ ਉਹਦੇ ਯਾਰ ਦੋਸਤ ਜਿਹੜੇ ਖੁਸ਼ੀ ਆ ਅਤੇ ਆਪਣਾ ਕੇਸਰ ਅਤੇ ਤਿੰਨ ਬੰਦੇ ਫੜੇ ਬੰਦੇ ਬਾਹੀਆਂ ਪਿੱਛੋਂ ਅਤੇ ਅੱਗੇ ਲਾਏ ਪੱਗ ਫੜੀ ਹੱਥ 'ਚ ਸਾਡਾ ਪਿਓ ਘਰ ਜਾਂਦਾ ਸੀ ਪਰਲੇ ਪਾਸੇ ਸਾਡਾ ਘਰ ਸੀ ਸਾਡਾ ਪਿਓ ਵੀ ਰੋ ਗਿਆ ਹੱਥੋਂ ਡਿੱਗਣ ਵੱਡੀਆਂ ਨੀਆਂ ਉਹ ਜਿਹੜੇ ਕਾਤਰੀ ਅੱਗੇ ਚੜ੍ਹਿਆ ਨਾ ਤਾਂ ਉਹਦੇ ਮਗਰ ਭੱਜ ਕੇ ਉਹਨਾਂ ਨੂੰ ਫੜਿਆ ਵੀ ਫੜ ਕੇ ਮਾਰਿਆ ਨਹੀਂ ਦੋ ਤਰ੍ਹਾਂ ਵੱਟ ਮਾਰੇ ਨੇ ਉਹਨੂੰ ਨਾਲ ਲਿਆ ਫੜ ਲਿਆ ਇਸ ਤਰ੍ਹਾਂ ਜਿਹੜੇ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਚਾਚਾ ਜੀ ਕੀ ਹਾਲ ਹੈ ਠੀਕ ਹੋ ਅੱਲਾ ਦੀ ਰਹਿਮਤ ਸ਼ੁਕਰ ਹੈ ਅਤੇ ਕੀ ਨਾਂ ਹੈ ਤੁਹਾਡਾ ਜੀ ਨਵਾਬ ਦੀਨ ਅੱਬਾ ਜੀ ਦਾ ਨਾਂ ਜੱਟ ਕਰਕੇ ਅਤੇ ਮੈਂ ਜੀ ਨਵਾਬ ਦੀਨ ਜੱਟ ਅਬਦੁਲ ਅਜ਼ੀਜ਼ ਅਬਦੁਲ ਅਜ਼ੀਜ਼ ਸੀ ਠੀਕ ਹੈ ਅਤੇ ਜਾਤ ਕਿਹੜੀ ਹੈ ਆਪਣੀ ਜੰਜੂ ਹੈ ਜੱਟ ਜੱਟ ਜੰਜੂ ਹੈ ਠੀਕ ਹੈ ਆਪਣੀ ਉਮਰ ਕਿੰਨੀ ਸੀ ਜਦੋਂ 47 ਦੀ ਵੰਡ ਹੋਈ ਸੀ ਉਦੋਂ 14 ਕੁ ਸਾਲ ਆ ਸੀ ਅਤੇ ਜੋ ਕੁਛ ਵੇਖਿਆ ਉਹ ਯਾਦ ਹੈ ਹਾਂ ਜੋ ਕੁਝ ਵੇਖਿਆ ਯਾਦ ਹੈ ਭੱਜਾ ਭੱਜੀ ਨੱਸਾ ਪਿਆ ਉੱਥੇ ਜੱਸਾ ਮਤਲਬ ਉੱਤੋਂ ਜੱਸਾ ਆ ਗਿਆ ਉਹ ਉੱਥੇ ਜਾ ਕੇ ਸਾਰੇ ਇਕੱਠੇ ਹੋ ਗਏ ਨੇ ਹਾਂਜੀ ਠੀਕ ਹੈ ਉਹ ਸਾਰਾ ਕੁਝ ਯਾਦ ਹੈ ਤੁਹਾਨੂੰ ਅੱਛਾ ਅਤੇ ਤੁਹਾਡਾ ਇਹ ਪਿੰਡ ਕਿਹੜਾ ਜਿੱਥੇ ਤੁਸੀਂ ਬੈਠੇ ਹੋ ਨੱਤ ਕਲਾਂ ਉੱਚਾ ਨੱਤ ਸ਼ਾਮੇ ਸ਼ਾਲ ਜੀ ਉੱਚਾ ਨੱਤ ਸ਼ਾਮੇ ਸ਼ਾਲ ਆਪਾਂ ਨੂੰ ਵੱਜਦਾ ਸੀ ਉਹਨਾਂ ਦੇ ਵਕਤ ਜੀ ਅੱਛਾ ਹੁਣ ਉੱਚੇ ਨੱਤ ਹੀ ਵੱਜਦੇ ਨੇ ਨੱਤ ਕਲਾਂ ਨੱਤ ਕਲਾਂ ਨੱਤ ਕਲਾਂ ਅਤੇ ਇਹਦਾ ਜ਼ਿਲ੍ਹਾ ਕਿਹੜਾ ਇਹਦਾ ਜ਼ਿਲ੍ਹਾ ਗੁਜਰਾਂਵਾਲਾ ਤਹਿਸੀਲ ਵਜ਼ੀਰਾਬਾਦ ਇਹਦੇ ਆਲੇ ਦੁਆਲੇ ਚੌਵਾਂ ਪਾਸੇ ਜਿਹੜੇ ਕੁਛ ਪਿੰਡ ਨੇ ਨਾ ਮੈਨੂੰ ਉਹਨਾਂ ਦੇ ਨਾਂ ਦੱਸ ਦਿਓ ਉਹਨਾਂ ਦਾ ਨਾਂ ਮਤਲਬ ਇੱਬਣ ਵਾਲੀ ਦਾਦਨ ਝੱਕ ਅਤੇ ਨੈਤਹਾਂ ਦਾ ਕੋਟ ਫਿਰ ਨਤਲੇ ਦਾ ਗੜਾ ਇਹ ਪਾਸੇ ਤਲਵੰਡੀ ਹੈ ਅੱਗੇ ਫਿਰ ਰਾਹ ਵਾਲੀ ਤਲਵੰਡੀ ਹੈ ਹਾਂਜੀ ਇਹ ਤਲਵੰਡੀ ਪਏ ਖਜੂਰ ਵਾਲੀ ਉਹ ਰਾਹ ਵਾਲੀ ਹੈ ਗੱਖੜ ਬਹੁ ਚੱਕ ਜਾਲ ਜਲਾਲ ਬਲੰਗਣੇ ਮਤਲਬ ਸਾਰੇ ਨੇੜੇ ਨੇੜੇ ਨੇ ਮਤਲਬ ਆਪਣਾ ਕੋਟ ਸਾਉਣ ਚੱਕ ਹਾਂਜੀ ਸਹੀ ਅਤੇ 47 ਦੀ ਵੰਡ ਤੋਂ ਪਹਿਲਾਂ ਤੁਹਾਡੇ ਪਿੰਡ ਵਿੱਚ ਕਿਹੜੇ ਕਿਹੜੇ ਲੋਕ ਰਹਿੰਦੇ ਸਨ ਸਾਡੇ ਜਿਹੜੇ ਮਤਲਬ ਮੁਸਲਮਾਨ ਅਤੇ ਮਤਲਬ ਸਿੱਖ ਅਤੇ ਖੱਤਰੀ ਰਹਿੰਦੇ ਸਨ ਹਾਂਜੀ ਹਾਂਜੀ ਠੀਕ ਹੈ ਅਤੇ ਸਿੱਖਾਂ ਦੇ ਕਿੰਨੇ ਕੁ ਘਰ ਸਨ ਸਿੱਖਾਂ ਦੇ ਗਿਣਤੀ ਤਾਂ ਵੱਧਦੀ ਸਨ ਗਿਣਤੀ ਨਹੀਂ ਉਹਨਾਂ ਦੀ ਹੋ ਸਕਦੀ ਕਿੰਨੇ ਕਮਾਉਣੇ ਨੇ ਉਹੀ ਮੈਂ ਕੁਛ 60-70 ਘਰ ਜਿਹੜੇ ਨੇ 100 ਦੇ ਨੇੜੇ ਨੇ ਅਤੇ ਖੱਤਰੀਆਂ ਦੇ ਕਿੰਨੇ ਕੁ ਘਰ ਸਨ ਖੱਤਰੀਆਂ ਦੇ ਵੀ ਬੇਅੰਦਾਜ਼ ਹੀ ਸਨ ਇਹ ਤਾਂ ਵੱਧ ਹੀ ਨਾ ਖੱਤਰੀਆਂ ਦੇ 100 ਤੋਂ ਵੱਧ ਹੀ ਸਹੀ ਹੈ ਅਤੇ ਜਿਹੜੇ ਸਿੱਖ ਸਨ ਉਸ ਵੇਲੇ ਉਹ ਕਿਹੜੀ ਜਾਤ ਦੇ ਸਨ ਨੱਤ ਜੱਟ ਸਨ ਜੱਟ ਸਨ ਜਾਤ ਉਹਨਾਂ ਦੀ ਨੱਤ ਸੀ ਜੀ ਜੀ ਠੀਕ ਹੈ ਜਿਹੜੇ ਮੁਸਲਮਾਨ ਸਨ ਪਿੰਡ 'ਚ ਉਹ ਤਾਂ ਕੰਮੀ ਵੀ ਹੈ ਸਨ ਨਾ ਜਿਵੇਂ ਕੰਮੀ ਸਾਰੇ ਕੰਮੀ ਸਨ ਕੋਈ ਮੈਂ ਆਪਣਾ ਜਲਾਹ ਸਨ ਕੋਈ ਮੋਚੀ ਸਨ ਕੋਈ ਨਾਈ ਸਨ ਹਾਂਜੀ ਅਤੇ ਮੁਸਲਮਾਨ ਜੱਟ ਵੀ ਹੈ ਸਨ ਮੁਸਲਮਾਨ ਜੱਟ ਵੀ ਹੈ ਸਨ ਉਹਨਾਂ 'ਚ ਹੋਏ ਸਨ ਉਹ ਵੀ ਨਾਤੀ ਨੇ ਉਹ ਵੀ ਨਾਤੀ ਸਨ ਠੀਕ ਹੈ ਸਹੀ
ਅੱਛਾ, ਇਹਨਾਂ ਸਿੱਖਾਂ ਦੇ ਵਿੱਚੋਂ ਜਿਹੜੇ ਕੋਈ ਮਸ਼ਹੂਰ ਬੰਦੇ ਸਨ ਨਾ, ਤੁਸੀਂ ਮੈਨੂੰ ਉਹਨਾਂ ਦਾ ਨਾਂ ਦੱਸ ਦਿਓ ਜਿਹੜੇ ਮਸ਼ਹੂਰ ਬੰਦੇ। ਹਾਂਜੀ, ਮਸ਼ਹੂਰ ਬੰਦੇ ਜਾਂ ਉਂਝ ਵੀ ਜਿਹੜਾ ਤੁਸੀਂ ਨਾਂ ਜਾਣਦੇ ਹੋ ਨਾ ਉਹ ਦੱਸ ਦਿਓ, ਵੱਡੇ ਵਡੇਰੇ, ਨਿੱਕੇ ਬਾਲ, ਕਿਸੇ ਦੇ ਪੁੱਤਰ ਜੀ। ਇੱਥੇ ਮਤਲਬ ਜਿਹੜਾ ਖੂਹ ਹੈ ਨਾ, ਹਾਂਜੀ, ਇਹਦੇ 'ਤੇ ਜਿਹੜਾ ਪਿਓ ਦਾ ਨਾਂ ਸੀ ਮੈਂ ਮੂਲਾ ਸਿੰਘ। ਕਿਹੜਾ ਖੂਹ? ਇਹ ਖੂਹ ਸੀ, ਇਹ ਜਿਹੜਾ ਸਾਹਮਣੇ ਨਵਾਂ ਖੂਹ ਹੈ, ਇਹਨੂੰ ਨਵਾਂ ਖੂਹ ਆਉਂਦੇ ਸਨ। ਹਾਂ, ਨਵਾਂ ਖੂਹ ਆਉਂਦੇ ਹਨ ਜਿਹੜਾ ਪੱਠੇ ਦੇ ਕੋਲ। ਹਾਂਜੀ, ਇੱਥੇ ਪੱਠਾ ਤਾਂ ਬਾਅਦ ਵਿੱਚ ਪਿਆ ਨਾ, ਇਹ ਜਿਹੜਾ ਸਾਹਮਣੇ। ਹਾਂ, ਇਹ ਇੱਥੇ ਸਾਹਮਣੇ ਜਿਹੜਾ ਖੂਹ ਹੈ। ਹਾਂ, ਸਾਹਮਣੇ ਹੁਣ ਚੈਨ ਵਾਲੀ ਦੀ ਪੈਲੀ ਦੇ ਵਿੱਚ ਬੈਠੇ ਹਾਂ। ਹਾਂਜੀ ਹਾਂਜੀ, ਉਹ ਆ ਪਿੰਡ ਮੁੰਡੇ ਚੈਨ ਵਾਲੀ ਦਾ ਜਿੱਥੇ, ਚਲੋ ਇਹਨਾਂ ਦਾ ਨਾਮ ਮੂਲਾ ਸਿੰਘ ਅਤੇ ਮੈਂ ਤਾਂ ਕਿਰਪਾਲ ਉਹਦਾ ਪੁੱਤਰ ਸੀ ਜੀ ਜੀ। ਇਹ ਤਾਂ ਮਤਲਬ ਆਪਣਾ ਉਹਦਾ ਨਾਂ ਪੈਨੂੰ ਤਾਂ ਭਗਤਾਂ ਭਗਤ ਜਾਂਦੇ ਹਨ, ਤਾਂ ਨਾਂ ਉਹਦਾ ਮਤਲਬ ਜਾਂਦੇ ਤਾਵਲਾ ਧਰਿਆ ਸੀ, ਮੁਸਲਮਾਨ ਹੋ ਕੇ ਗਿਆ ਸੀ। ਅੱਛਾ, ਮਤਲਬ ਨਾਂ ਰਹਾ ਕੇ ਗਿਆ ਤਾਵਲਾ, ਉਂਝ ਭਗਤ ਮਤਲਬ ਉਹਨੂੰ ਆਉਂਦਾ ਭਗਤ ਸਿੰਘ। ਭਗਤ ਸਿੰਘ ਜੀ ਜੀ, ਉਹਨਾਂ ਦਾ ਜਿਹੜਾ ਮਤਲਬ ਉਹਦਾ ਪਿਓ ਜਿਹੜਾ ਸੀ ਨਾ ਭਗਤ ਸਿੰਘ ਦਾ, ਉਹਦਾ ਨਾਂ ਹਾਕਮ ਸੀ। ਠੀਕ ਹੈ, ਹਾਕਮ ਸਿੰਘ। ਜਿਹੜੇ ਦੂਜੇ ਹਨ ਪੋਤਰੇ ਉਹਦੇ ਹਨ ਇੱਥੇ, ਉਹ ਤਾਂ ਉਹਨਾਂ ਦਾ ਮਰ ਗਿਆ ਸੀ ਦੁਆ ਖਜਾਨ, ਅਤੇ ਉਹ ਜਿਹੜੇ ਪੋਤਰੇ ਦਾ ਨਾਮ, ਇੱਕ ਦਾ ਨਾਮ ਮੁਨਸ਼ਾ ਸਿੰਘ ਸੀ, ਅਤੇ ਛੋਟਾ ਜਿਹੜਾ ਸੀ ਉਹਦਾ ਨਾਮ ਮਤਲਬ ਆਪਣਾ ਕਿਰਪਾਲ ਸਿੰਘ ਸੀ ਜੀ। ਉਹਦੇ ਛੋਟਾ ਜਿਹੜਾ ਸੀ ਉਹਦਾ ਨਾਮ ਤਾਰਾ ਸਿੰਘ ਸੀ। ਅਤੇ ਇੱਥੇ ਅੱਗੇ ਮਤਲਬ ਖੂਹ ਆ ਜਿਹੜਾ ਨਾ ਜੀ, ਉੱਥੇ ਉਹਦੇ ਪਿੱਛੇ ਉਹ ਘੁਮਿਆਰਾਂ ਵਾਲਾ ਵੱਜਦਾ। ਅੱਛਾ, ਇਹ ਚੈਨ ਵਾਲੀ ਉਹ ਘੁਮਿਆਰਾਂ ਵਾਲਾ ਵੱਜਦਾ, ਉਹ ਇੱਕ ਦੇ ਨਾਂ ਮਤਲਬ ਆਪਣਾ ਜਿਹੜਾ ਸੀ ਨਾ ਅਮਰ ਸੀ ਨਾ, ਅੰਬਰ ਸਿੰਘ, ਅਮਰ ਸਿੰਘ ਜੀ। ਹਾਂ, ਇਹ ਦੂਜੇ ਜਿਹੜੇ ਦੋ ਭਰਾ ਸਨ, ਇੱਕ ਦਾ ਖਜਾਨ ਸੀ ਅਤੇ ਇੱਕ ਦਾ ਨਾਂ ਦੀਵਾਨ ਸੀ ਜੀ ਜੀ। ਅਤੇ ਉਹ ਦੋ ਭਰਾ ਹੋਰ ਵੀ ਸਨ ਨਾ ਉੱਥੇ ਜੀ, ਅਤੇ ਇੱਕ ਜਿਹੜਾ ਸੀ ਮੀਆਂ ਨੱਥੂ ਸੀ, ਘੁਮਿਆਰ ਵਾਲੇ ਖੂਹ ਦੇ ਮੀਆਂ ਨੱਥੂ ਨੂੰ ਵੱਜਦਾ, ਉਹ ਮਤਲਬ ਮੁਸਲਮਾਨ ਸੀ ਨਾ, ਉਹਦਾ ਮਤਲਬ ਮੁਰਸ਼ਦ ਤੋਂ ਦਮ ਸ਼ਮ ਕਰਦਾ ਹੁੰਦਾ ਸੀ। ਉਹਦੇ ਪੁੱਤਰ ਦਾ ਨਾਂ ਸੀ ਬੁੱਢਾ ਜੀ, ਉਹ ਇੱਥੇ ਮਗਰੋਂ ਮਾਲ ਵੀ ਪੁੱਟਣ ਆਇਆ ਸੀ। ਅੱਛਾ ਅੱਛਾ, ਉੱਥੇ ਖੂਹ 'ਤੇ ਦੱਬਿਆ ਸੀ। ਅੱਛਾ, ਹਾਂ, ਬੁੱਢੇ ਨੇ। ਠੀਕ ਹੈ, ਉਦੋਂ ਫਿਰ ਪਰਾਂ ਮਤਲਬ ਕੇਸਰ ਸੀ, ਖੁਸ਼ੀਆ ਸੀ ਉਹਦੇ ਫਿਰ ਭਰਾ ਦਾ ਨਾਂ, ਮਤਲਬ ਉਹ ਵੱਡਾ ਖੂਹ ਸੀ, ਕੇਸਰ ਅਤੇ ਖੁਸ਼ੀ ਹੈ ਜਿਹੜਾ ਜਿਹੜੇ ਖੂਹ 'ਤੇ ਹੁੰਦੇ ਹਨ, ਵੱਡੇ ਖੂਹ 'ਤੇ ਹੁੰਦੇ ਸਨ, ਉਹ ਵੱਡੇ ਖੂਹ 'ਤੇ ਹੁੰਦੇ ਸਨ ਜੀ ਜੀ। ਫਿਰ ਉਸ ਪਾਸੇ ਜਿਹੜਾ ਇਹ ਖੂਹ ਹੈ ਨਾ ਅੱਗੇ, ਹਾਂਜੀ, ਪਰਲਿਆਂ ਦਾ ਇੱਥੇ ਮਤਲਬ ਹੁੰਦਾ ਸੀ, ਇੱਕ ਜਿਹੜਾ ਹਾਲੇ ਇੱਕ ਤਾਂ ਸੀ ਖੁਸ਼ੀਆ, ਖੁਸ਼ੀਆ ਜੀ, ਉਦੋਂ ਪਰਲਾ ਖੂਹ ਨਾਲ ਦਾ ਜਿਹੜਾ ਉਹਦੇ 'ਤੇ ਉਹ ਲੁੰਡਾ ਖੂਹ, ਉਹ 'ਤੇ ਮਾਨ ਸਿੰਘ ਸੀ, ਮਾਨ ਸਿੰਘ ਜੀ। ਅਤੇ ਕਿਉਂਕਿ ਨਾ ਕੋਈ, ਅੱਛਾ, ਕੁਛ ਬਾਲਾਂ ਦੇ ਨਾਂ ਜਾਣਦੇ ਹੋ ਜਿਹੜੇ ਤੁਹਾਡੇ ਨਾਲ ਖੇਡਦੇ ਛੇੜਦੇ ਹੁੰਦੇ ਸਨ? ਹਾਂ, ਜਾਣਦੇ ਹਾਂ। ਹਾਂਜੀ, ਜਾਣਦੇ ਹਾਂ। ਹਾਂਜੀ, ਇੱਕ ਮਤਲਬ ਇਹ ਖੂਹ ਜਿਹੜਾ ਨਾਂ ਰੋਡਾ ਹੈ ਨਾ ਜੀ, ਇੱਕ ਦਾ ਨਾਂ ਜਹਰਾ ਸੀ, ਜਹਰਾ ਸਿੰਘ, ਅਤੇ ਇੱਕ ਦਾ ਨਾਂ ਚੈਨ ਸਿੰਘ ਸੀ। ਅਤੇ ਇਸ ਤਰ੍ਹਾਂ ਦੇ ਕਰਕੇ ਨਾਂ ਮਤਲਬ ਜ਼ਿਆਦਾ ਵਿਸਰੀ ਗਏ ਨੇ। ਹਾਂਜੀ, ਉਹਨਾਂ ਦੇ ਜਿਹੜਾ ਤੁਹਾਡੇ ਨਾਲ ਕੋਈ, ਤੁਹਾਡੇ ਨਾਲ ਜਿਹੜਾ ਮੁੰਡਾ ਖੇਡਦਾ ਸੀ ਉਹਨਾਂ ਦਾ ਕੋਈ, ਉਹਦਾ ਨਾਂ ਕੀ ਸੀ? ਉਹਦਾ ਨਾਂ ਮਤਲਬ ਜਹਰਾ ਸਿੰਘ ਸੀ। ਜਹਰਾ ਸਿੰਘ ਸੀ, ਠੀਕ ਹੈ। ਕਿਹਦਾ ਪੁੱਤਰ ਸੀ ਉਹ ਜਹਰਾ ਸਿੰਘ ਜਿਹੜਾ ਸੀ? ਉਹਦਾ ਵੀ ਮਤਲਬ ਆਪਣੇ ਖੁਸ਼ੀਆ ਅਤੇ ਵਰਿਆਮ ਦਾ, ਵਰਿਆਮ ਦਾ ਪੁੱਤਰ ਸੀ। ਠੀਕ ਹੈ, ਅੱਛਾ, ਅਤੇ ਪਿੰਡ ਦੇ ਨੰਬਰਦਾਰ ਉਦੋਂ ਕਿੰਨੇ ਸਨ? ਚਾਰ। ਚਾਰ, ਕਿਹੜੇ ਕਿਹੜੇ ਨਾਮ ਦੇ ਨੇ ਤੁਹਾਨੂੰ? ਨਾਮ ਦੇ ਨੇ, ਇੱਕ ਜਿਹੜਾ ਸੀ ਉਹਦਾ ਨਾਂ ਜਵਾਹਰ ਸੀ ਜੀ, ਜਵਾਹਰ ਸਿੰਘ। ਅਤੇ ਇੱਕ ਇਹ ਸੀ ਮਤਲਬ ਆਪਣਾ ਜਿਹੜਾ ਮਤਲਬ ਹਾਕਮ, ਉਹਦਾ ਪੁੱਤਰ ਅੱਗੋਂ ਫਿਰ ਪੁੱਤਰ ਨੂੰ ਦੇਖਣੀ ਜਿਹੜਾ ਸੀ ਨਾ ਪੋਤਰਾ, ਹਾਂਜੀ, ਇਹ ਪੋਤਰੇ ਕੋਲ ਸੀ ਵੱਡਾ ਜਿਹੜਾ ਮੁਨਸ਼ਾ ਸਿੰਘ ਸੀ, ਇਹ ਹਾਕਮ ਦਾ ਪੋਤਰਾ, ਹਾਕਮ ਸਿੰਘ ਦਾ। ਅਤੇ ਮਤਲਬ ਇਹਨੂੰ ਦੇਖਣੀ ਲੰਬੜਦਾਰੀ, ਇੱਕ ਦੇ ਨਾਂ ਸੁਲੱਖੀ ਲੰਬੜ, ਅਤੇ ਇੱਕ ਮਾਨ ਸਿੰਘ ਜੀ ਜੀ। ਅੱਛਾ, ਪੱਤੀਆਂ ਵੀ ਹੈ ਸਨ? ਚੜ੍ਹਦੀ ਪੱਤੀ ਲੈਂਦੀ ਪੱਤੀ, ਚੜ੍ਹਦੀ ਪੱਤੀ ਹੈ। ਦੋਵਾਂ ਪੱਤੀਆਂ ਦੇ ਕੋਈ ਜਿਹੜੇ ਸਿਰਕਰਦਾ ਬੰਦੇ ਸਨ ਉਹ ਕੌਣ ਕੌਣ ਸਨ?
ਸਿਰ ਕਰਦਾ ਬੰਦਾ ਜਿਹੜੇ ਬਜਾ ਲਹਿੰਦੀ ਪੱਤੀ ਤੇ ਇਹ ਹੀ ਸਹਿਣਾ। ਹਾਂਜੀ, ਚੜ੍ਹਦੀ ਦੇ ਵਿੱਚ ਜਿਹੜਾ ਕੇਸਰ ਸੀ ਨਾ, ਜੀ ਜੀ, ਚੜ੍ਹਦੀ ਪੱਤੀ ਦੇ ਵਿੱਚ ਉਹ ਸੀ ਤੇ ਉਹ ਜਿਹੜੇ ਦੂਜੀਆਂ ਪੱਤੀਆਂ ਨਾ, ਹਾਂਜੀ, ਇੱਕ ਹਰੀ ਸਿੰਘ ਸੀ, ਹਰੀ ਸਿੰਘ ਉਹਨਾਂ ਉਹ ਸੀ ਬਹੁਤ ਸਿਰ ਕਰਦਾ। ਇਹਨਾਂ ਦਾ ਪਤਾ ਵੀ ਦੂਜੇ ਜਿਹੜੇ ਨੇ ਮਤਲਬ ਨਹੀਂ ਉਹ ਪਾਸੇ ਅੱਛਾ ਠੀਕ ਹੈ। ਖੱਤਰੀਆਂ 'ਚ ਕੋਈ ਜਿਹੜੇ ਮਸ਼ਹੂਰ ਲੋਕ ਸਨ? ਉਹ ਜਿਹੜੇ ਖੱਤਰੀਆਂ ਦੇ ਵਿੱਚ ਜਿਹੜੇ ਮਸ਼ਹੂਰ ਸਨ ਜੀ, ਇਹਨਾਂ ਦਾ ਜਿਹੜਾ ਵਡੇਰਾ ਸੀ ਨਾ ਉਹਨੂੰ ਤਾਂ ਸ਼ਾਮੇ ਸ਼ਾਹ ਦੇ, ਇਹ ਸ਼ਾਮੇ ਸ਼ਾਹ ਦੀ ਸਾਰੀ ਲਾਦ ਹੈ ਜੀ, ਜਿਹੜੀ ਇੱਥੇ ਜਿਹੜੇ ਖੱਤਰੀ ਸਨ, ਖੱਤਰੀ ਜਿਹੜੇ ਠੀਕ ਹੈ ਸ਼ਾਮੇ ਸ਼ਾਹ ਖੱਤਰੀ ਹੋਇਆ ਉਹਦਾ ਇਲਾਜ ਸੀ, 17 ਪਿੰਡਾਂ 'ਚ ਪੈਲੀ ਸੀ ਉਹਦੀ। ਹਾਂ, ਇੱਥੇ ਸਾਡੇ ਆਲੇ ਦੁਆਲੇ ਆਲੇ ਦੁਆਲੇ ਜਿਹੜੇ ਪਿੰਡ ਸਨ ਸਾਰਿਆਂ ਪਿੰਡਾਂ 'ਚ 17 ਪਿੰਡ ਸੀ ਦੇ ਵਿੱਚ ਉਹਦੀ ਮਾਲਕੀ ਸੀ ਖੱਤਰੀ, ਖੱਤਰੀ ਦੀ ਉਹਦੀ ਆਲ ਲਾਦ ਸਾਰੀ। ਹਾਂਜੀ, ਅਤੇ ਉਹਦੀਆਂ ਕੋਈ ਰਾਮ ਲਾਲ, ਕੋਈ ਮੁਲਕ, ਇਸੇ ਤਰ੍ਹਾਂ ਪ੍ਰਗਾਸ਼ ਹੋ ਗਿਆ, ਇਹ ਜਿਹੜੇ ਸਨ ਇਸੇ ਤਰ੍ਹਾਂ ਦੇ ਨਾਂ ਸਨ ਉਹਨਾਂ ਦੇ। ਸਹੀ ਹੈ। ਪਿੰਡ 'ਚ ਚੋਖਾ ਜਿਵੇਂ ਰਕਬਾ ਕਿੱਦਾਂ ਸੀ ਉਦੋਂ? ਜਿਵੇਂ ਰਕਬਾ ਇਹ ਜਿਹੜੇ ਤਾਂ ਜੱਟਾਂ ਬਚਾ ਬਚੂਗੇ ਉਹਦੇ ਕੋਲ ਰੱਖੀ ਸੀ ਨਾ ਜੀ ਸ਼ਾਮੇ ਸ਼ਾਹ ਕੋਲੋਂ, ਅਤੇ ਜ਼ਿਆਦਾ ਰਕਬਾ ਜਿਹੜਾ ਸੀ ਨਾ ਉਹ ਇਹਦਾ ਹਾਕਮ ਦੇ ਸੀ ਪਿੰਡ ਦੇ ਵਿੱਚ, ਅਤੇ ਜਾਂ ਮਤਲਬ ਆਪਣਾ ਕੇਸਰ ਜਿਹੜਾ ਹੈ। ਅੱਛਾ, ਅਤੇ ਜਵਾਲਾ ਸਿੰਘ। ਹਾਂਜੀ, ਇਹਨਾਂ ਦਾ ਸੀ। ਹਾਂ, ਕਿੰਨੀ ਕਿੰਨੀ ਸੀ ਅੰਦਾਜ਼ਨ ਇਹਨਾਂ ਦੀ ਜ਼ਮੀਨ ਜਿਹੜੀ? ਇਹਨਾਂ ਦੀ ਜ਼ਮੀਨ ਜਿਹੜੀ ਇੱਥੇ ਮੇਰਾ ਹੋਣੀ ਹੈ, ਇਹ ਜਿਹੜਾ ਕੇਸਰ ਹੈ ਨਾ ਇਹਦੀ ਜ਼ਮੀਨ ਹੋਣੀ ਇੰਨੀਆਂ ਹੀ 20-22 ਕਿੱਲੇ, ਅਤੇ ਦੂਜੀ ਇਹਨਾਂ ਦੀ ਮੰਡੀ ਬੋਲਦੀ ਮਰੱਬੇ ਇਹਨਾਂ ਲਏ ਸਨ ਜੀ ਜੀ, ਮੰਡੀ ਬੋਲਦੀ ਜਿਹੜਾ ਕੇਸਰ ਹੈ ਜੀ, ਜਵਾਲਾ ਸਿੰਘ ਵੀ ਲਏ ਸਨ। ਇਹ ਦੂਜੇ ਜਿਹੜਾ ਸੀ ਨਾ ਹਾਕਮ, ਹਾਂਜੀ, ਇਹਦੇ 3 ਖੂਹ ਆ ਸਨ, ਇੱਕ ਮਰੱਬਾ ਸੀ ਸੂਏ ਤੋਂ ਅੱਗੇ, ਮਰੱਬਾ ਸੀ ਲੰਬਣਾ ਵਾਲਾ ਮਰੱਬਾ, ਅਤੇ ਇੱਕ ਖੂਹ ਸ਼ੈਲਰ ਦੇ ਨਾਲ ਉਹਦਾ ਨਾਂ ਟਾਲੀ ਵਾਲਾ, ਉਹ ਸੀ ਉਹਨਾਂ ਦਾ ਪੂਰਾ, ਇਹ ਖੂਹ ਉਹਨਾਂ ਦਾ ਪੂਰਾ ਸੀ ਜੀ ਸਹੀ, ਜਿਨ੍ਹਾਂ ਦੇ ਵਿੱਚ 28 ਕਿੱਲੇ ਇਹ ਖੂਹ ਦੇ ਉੱਤੇ ਸੀ ਜੀ, ਅਤੇ ਉਹ ਜਿਹੜਾ ਮਤਲਬ ਸੀ ਉਹਦੇ ਉੱਤੇ 30-32 ਕਿੱਲੇ ਉੱਥੇ ਸੀ ਉਹਨਾਂ ਦੀ, ਅਤੇ 25 ਕਿੱਲੇ ਦਾ ਮਰੱਬਾ ਹੁੰਦਾ ਹੈ ਜੀ, ਹੁਣ ਮਰੱਬੇ ਜ਼ਿਆਦਾ ਵੀ ਹੋ ਚੁੱਕੇ ਨੇ, ਉਹ ਮਰੱਬਾ ਦੱਸਦੇ ਆ ਲੰਬੜਾ ਦਾ ਮਰੱਬਾ ਹੈ ਜੀ ਜੀ, ਲੰਬੜਾ ਦਾ ਠੀਕ ਹੈ। ਹਾਂ, ਅੱਛਾ, ਉਦੋਂ ਪਿੰਡ 'ਚ ਸਕੂਲ ਵੀ ਹੁੰਦਾ ਸੀ? ਬਿਲਕੁਲ, ਇਹ ਪੁਰਾਣਾ ਸਕੂਲ ਹੈ। ਕਿੰਨਵੀਂ ਤਾਈਂ ਸੀ? ਪਹਿਲੂ ਤਾਂ ਮੈਂ ਤਾਂ 5ਵੀਂ ਤੀਕਰ ਹੀ ਸੀ, ਹੁਣ 10 ਤੀਕਰ ਹੋ ਗਏ ਆ। ਅਤੇ ਉਦੋਂ ਤੁਸੀਂ ਵੀ ਸਕੂਲੇ ਪੜ੍ਹੇ ਸੋ ਜਾਂ ਨਹੀਂ? ਨਹੀਂ, ਸਾਨੂੰ ਕਈ ਕੁਆਰ ਮੈਂ ਲੱਗ ਜਾਂਦੇ, ਲੱਤ ਟੁੱਟ ਗਈ, ਫਿਰ ਲੱਤ ਟੁੱਟਣ ਤੋਂ ਬਾਅਦ ਫਿਰ ਮੈਂ ਮੋਲ ਦੀ ਤਾਪ ਚੜ੍ਹ ਗਿਆ ਜੀ, ਉਹ ਮੁੰਡੇ ਜਿਹੜੇ ਮੈਂ ਜਿਹੜਾ ਤਾਂ ਮੈਂ ਆਕਰਾ ਹਾਂ ਉਹ ਫਿਰ ਮੈਂ ਜਾਣ ਲੱਗਾ, ਅਤੇ ਉਹ ਫਿਰ ਸਾਨੂੰ ਮਾਰਦਾ ਹੁੰਦਾ ਸੀ, ਅਸੀਂ ਉਹ ਫਿਰ ਇਸ ਤਰ੍ਹਾਂ ਚੱਲ ਖਾ ਗਿਆ ਮੈਂ। ਕੌਣ ਮਾਰਦਾ ਹੁੰਦਾ ਸੀ? ਮੈਂ ਬਚਪਨ ਹੀ ਚੰਗੀ ਸੀ ਨਾ ਤਾਕਤ, ਨਵੇਰੇ ਸ਼ੇਰੇ ਰੱਖੇ ਹੁੰਦੇ ਹਨ, ਅਤੇ ਜਾਣਾ ਸਕੂਲੇ ਅਤੇ ਫਿਰ ਜਿਹੜਾ ਵੀ ਮਤਲਬ ਦੋ ਲਾ ਦੇਣੀ ਆ ਇਸ ਤਰ੍ਹਾਂ ਦਾ ਸੀ ਨਾ, ਉਹ ਫਿਰ ਮੈਂ ਬਿਲਕੁਲ ਹੀ ਜਿਵੇਂ ਮਤਲਬ ਮੁੱਕ ਜਾਂਦੇ ਇੱਥੋਂ ਤੀਕਰ, ਫਿਰ ਮੋਲ ਦੀ ਤਾਪ ਸੀ ਨਾ ਜੀ, ਹੁਣ ਹੋਰ ਉਹਦਾ ਕੋਈ ਨਾਂ ਨਹੀਂ ਦੇਣਾ, ਮੋਲ ਦੀ ਤਾਪ ਬਿਲਕੁਲ ਚੂੰਡ ਛੜਿਆ ਜੀ, ਇੱਥੇ ਮੈਂ ਗਾਦੀ ਦੇ ਉੱਤੇ ਬੈਠਾ ਹਾਂ ਫੂਸ ਐਸੇ, ਤਾਂ ਐਵੇਂ ਅੱਜ ਕਰਕੇ ਬੱਚਿਆਂ ਲਈ ਮੇਰੀ ਲੱਤ ਥੱਲੇ ਪਿਆ, ਅੱਗੋਂ ਲੱਠ ਨੂੰ ਲੱਤ ਅੜ ਗਈ, ਉਹ ਪੁੱਠੀ ਹੋ ਗਈ, ਉਹ ਟੁੱਟ ਗਈ, ਉਹ 4-5 ਮਹੀਨੇ ਉਹ ਨਾ ਚੜ੍ਹੀ। ਹਾਂਜੀ, ਬਚਪਨ ਜਦੋਂ ਪੜ੍ਹਦਾ ਸੀ। ਹਾਂਜੀ ਹਾਂਜੀ, ਉਦੋਂ ਹਾਂ ਜਦੋਂ ਪੜ੍ਹ ਕੇ ਆਇਆ ਤਾਂ ਗਾਦੀ 'ਤੇ ਬਹਿ ਗਿਆ ਜੀ ਜੀ, ਠੀਕ ਹੈ। ਪਿੰਡ 'ਚ ਕੋਈ ਉਦੋਂ ਮੇਲੇ ਛੇਲੇ ਲੱਗਦੇ ਸਨ ਇੱਥੇ? ਮੇਲੇ ਲੱਗਦੇ ਸੀ, ਮੁੰਨੀ ਦਾ ਮੇਲਾ ਇੱਥੇ ਪਿੰਡ 'ਚ, ਪਿੰਡ 'ਚ ਹਾਂਜੀ ਸਹੀ ਹੈ, ਉਹ ਪਰ ਮਤਲਬ ਮੰਦਰ ਹੈ। ਅੱਛਾ, ਅਤੇ ਉੱਥੇ ਲੱਗਦਾ ਹੁੰਦਾ ਮੰਦਰ, ਹੁਣ ਹੈ ਜਾਂ ਨਹੀਂ? ਉਹ ਮੁੰਨ ਛੱਡਿਆ ਨੇ ਉੱਥੋਂ ਜਦੋਂ ਮਸਜਿਦ ਬਾਬਰੀ ਦੇ ਵਕਤ ਦੇ ਵਿੱਚ ਨਾ, ਜਦੋਂ ਉਹਨੇ ਸ਼ਹੀਦ ਕੀਤੀ ਹੈ ਨਾ, ਅਤੇ ਉੱਤੋਂ ਦਾ ਸਾਡੇ ਮੰਦਰ ਹੈ ਰਿਹਾ। ਹਾਂਜੀ ਠੀਕ ਹੈ, ਉਹ ਥੱਲੜਾ ਹਿੱਸਾ ਉੱਤੇ ਜਿਹੜਾ ਹੁੰਦਾ ਨਾ ਉਹਦਾ ਬਣਿਆ ਬਣਿਆ ਹੁੰਦਾ ਜਿਹੜਾ, ਹਾਂ ਉਹ ਬੱਤੋਂ ਕੀ ਬਣੇ ਆ ਬਿਲਕੁਲ, ਉਹ ਲਾ ਛੱਡੀਆਂ ਉੱਤੋਂ, ਉਹ ਲਾ ਛੱਡਿਆ ਉੱਤੋਂ।
ਅੱਛਾ ਗੁਰਦੁਆਰੇ ਵੀ ਹੈ ਸਨ ਪਿੰਡ 'ਚ ਉਦੋਂ? ਹਾਂ ਗੁਰਦੁਆਰੇ ਵੀ ਹੈ ਪਿੰਡ ਦੇ ਵਿੱਚ ਵੀ, ਉਹਦੇ ਵਿੱਚ ਵੀ ਮੰਦਰ ਨੇ। ਕਿੰਨੇ ਗੁਰਦੁਆਰੇ ਸਨ? ਗੁਰਦੁਆਰਾ ਉਹ ਜਿਹੜੇ ਛੋਟੇ ਛੋਟੇ ਹਨ ਉਹਦੇ ਉਹਨਾਂ ਦੇ ਵਿੱਚ ਨਹੀਂ ਸਨ ਮੰਦਰ ਸ਼ੰਦਰ ਬਣੇ। ਹੁਣ ਜਿੱਥੇ ਇਹ ਸਾਡੇ ਕੋਲ ਇੱਥੇ ਨਾਲ ਹੀ ਮੈਂ ਤਾਂ ਪਿੰਡ ਦੇ ਜਿਹਦੇ ਵਿੱਚ ਸਾਡੇ ਮਕਾਨ ਨੇ, ਆਹ ਮਕਾਨ ਉਸੇ ਖੂਹ ਦੇ ਵਿੱਚ ਹੀ ਹੈ, ਉੱਥੇ ਹੀ ਗੁਰਦੁਆਰਾ। ਉਹ ਭਗਤ ਆ ਜਿਹੜਾ ਜਿਹਨੂੰ ਆਉਂਦੇ ਨੇ ਭਗਤ, ਉਹ ਸੀ ਨਾ ਭਗਤ ਉਹਨੂੰ ਆਉਂਦੇ ਨੇ ਜਿਹੜਾ ਮਤਲਬ ਕੁਛ ਇਹ ਸਾਡੇ ਜਿਹੜੇ ਮੌਲਵੀ ਹੁੰਦੇ ਨੇ ਉਹ ਭਗਤੀ ਕਰਦਾ। ਉਦੋਂ ਬਾਅਦ ਸਾਡਾ ਉਹ ਨਾਂ ਦਾ ਨਹੀਂ ਉਹਨੂੰ ਪਤਾ, ਸਾਨੂੰ ਹੋਰ ਵੀ ਕੋਈ ਉਹਦਾ ਨਾਂ ਹੋਵੇ। ਸੰਤਾਂ ਆਉਂਦੇ ਸੰਤ ਭਗਤ ਜੀ ਉਸ ਵਕਤ ਉਹ ਕਰਦਾ ਸੀ ਇੱਥੇ, ਉਹ ਕਰਦਾ ਸੀ ਇੱਥੇ। ਅਤੇ ਉਹ ਜਿਹੜਾ ਵਿੱਚ ਸੀ ਉਹਦੇ ਵਿੱਚ ਮਤਲਬ ਇੱਕ ਮੌਲਕ ਖੱਤਰੀ ਸੀ, ਉਹਦਾ ਮੁੰਡਾ ਸੀ ਰਾਮ ਨਾਲ ਇੱਕ, ਅਤੇ ਇੱਕ ਪ੍ਰਗਾਸ਼ ਜਿਹੜਾ ਸੀ ਉਹ ਕਰਦਾ ਸੀ ਉਸ ਮੰਦਰ ਦੇ। ਤੁਹਾਡਾ ਉਦੋਂ ਕਿਹੜਾ ਖੂਹ ਆਉਂਦਾ ਸੀ? ਸਾਡਾ ਮਤਲਬ ਖੂਹ ਜਿਹੜਾ ਸੀ ਇਹ ਖੂਹ ਦੇ ਉੱਤੇ ਹੁੰਦਾ ਸੀ। ਇਹਦਾ ਨਾਂ ਕੀ ਹੈ? ਨਵਾਂ ਇਹ ਜਿਹੜਾ ਚੈਨ ਵਾਲੀ ਹੈ, ਦੋਵਾਂ ਖੂਹਾਂ 'ਤੇ ਸਾਡੀ ਵਾਹੀ ਹੁੰਦੀ ਸੀ। ਜਿਹਦੇ 'ਚ ਹਾਕਮ ਚੋਖਾ ਉਹਨਾਂ ਝੂਲ ਲੈਣ ਦੇਣ ਵਰੀ ਵਰਤਨ ਉੱਠਣ ਬਹਿਣ ਕਿਹਦੇ ਨਾਲ ਹੁੰਦਾ ਸੀ? ਸਾਡਾ ਮਤਲਬ ਇਹਨਾਂ ਦਾ ਵੀ ਸੀ ਬੜਾ ਸੀ ਉਸ ਵੇਲੇ, ਮਤਲਬ ਜਿਹੜੇ ਹਨ ਪੋਤਰੇ ਜੀ ਜਿਹੜਾ ਮਤਲਬ ਜਿਹਨਾਂ ਨੇ ਭਗਤ, ਹਾਂਜੀ ਇਹਦੇ ਨਾਲ ਬਹੁਤਾ ਹੀ ਸੀ ਮਤਲਬ ਜਿਹੜਾ ਸੰਤਾ ਭਗਤ ਸੀ ਜੀ ਜੀ। ਅਤੇ ਇਹ ਖੂਹ ਦੇ ਉੱਤੇ ਹਨ ਖੁਸ਼ੀਆ ਅਤੇ ਬਰਜਾਮ ਜੀ, ਉਹਨਾਂ ਬੜਾ ਸੀ, ਉਹ ਕੇਸਰ ਨਾਲ ਬੜਾ ਸੀ। ਇਸ ਤਰ੍ਹਾਂ ਉਹਨਾਂ ਦਾ ਕੋਈ ਅੰਦਾਜ਼ ਹੀ ਇਸ ਤਰ੍ਹਾਂ ਦਾ ਸੀ, ਉਹ ਹਰ ਬੰਦੇ ਦੇ ਕੰਮ ਆਉਣ ਵਾਲੇ ਹਨ। ਹਾਂਜੀ ਹਾਂਜੀ ਚਾਚਾ ਜੀ, ਉਹਨਾਂ ਦਾ ਤੁਸੀਂ ਜਿਵੇਂ ਦੱਸਿਆ ਹਰ ਬੰਦੇ ਦੇ ਕੰਮ ਆਉਣ ਵਾਲੇ, ਅਤੇ ਇਹਦੇ ਬਾਰੇ ਵੀ ਤੁਸੀਂ ਮੈਨੂੰ ਹੋਰ ਵੀ ਕੋਈ ਗੱਲਾਂ ਦੱਸੋ ਉਹਨਾਂ ਦੀਆਂ। ਅਤੇ ਦੂਜਾ ਇਹ ਦੱਸੋ ਕਿ ਉਹਨਾਂ ਦਾ ਲੋਕਾਂ ਦੀ ਧੀ ਭੈਣ ਦੀ ਜਿਹੜੀ ਇੱਜ਼ਤ ਕਰਨੀ ਹੈ, ਇਹ ਕਿੰਝ ਦੇ ਕਰਦੇ ਸਾਨੂੰ ਮਤਲਬ ਸਾਰਾ? ਦੇਖੋ ਜੀ, ਇੱਕ ਭਲਵਾਨ ਸੀ ਬਰਜਾਮ ਸਿੰਘ ਜੀ, ਬੜਾ ਮਸ਼ਹੂਰ ਰਹੀਮ ਭਲਵਾਨ ਹੋਇਆ ਗੁਜਰਾਲੇ, ਹਾਂ ਤਲਵੰਡੀ ਉਰਾਲੀ। ਮਤਲਬ ਰਹੀਮ ਭਲਵਾਨ ਇੱਕ ਗੁਜਰਾਲੇ ਹੋਇਆ। ਅੱਛਾ ਅੱਛਾ, ਹਾਂ ਬੜਾ ਮੰਨਿਆ ਪੁਰਾਣਾ। ਉਹ ਗੂੰਗੇ ਦਾ ਵੀ ਮਤਲਬ ਉਹਦੇ ਪਿਓ ਦੇ ਨਾਲ ਸੀ, ਗੂੰਗੇ ਦੇ ਪਿਓ ਦੇ ਨਾਲ ਸੀ ਮਤਲਬ ਗਾਵਾਂ, ਉਹ ਡਾਂਗ ਲੈ ਕੇ ਉੱਤੇ ਖਲਾਉਂਦਾ ਹੁੰਦਾ ਸੀ ਅਤੇ ਤਾਂ ਖਲਾਉਂਦਾ ਸੀ ਜਿਹੜਾ ਸੀ ਨਾ ਗੂੰਗਾ ਭਲਵਾਨ। ਉਹ ਬਹੁਤ ਜਿਵੇਂ ਬਲਾ ਸੀ ਵੱਡੀ, ਉਹ ਮਤਲਬ ਉਹ ਕੋਈ ਲੈ ਦੇ ਕਹੀ ਜਾਂਦੀ ਇਸ ਤਰ੍ਹਾਂ ਵੀ ਉਸ ਲਾਣਾ ਸੀ ਉਹਨੂੰ ਮਤਲਬ ਦਾ ਰੀਮ ਭਲਵਾਨ ਨੇ ਪੂਰੀ ਭਲਵਾਨ ਤੱਕ ਕੱਢ ਦਿੱਤਾ ਉਹਨੂੰ ਪਿੱਛੋਂ ਮਤਲਬ ਹੱਥ ਦੇ ਕੇ, ਅਤੇ ਉਹ ਥੱਲੇ ਡਿੱਗ ਪਿਆ। ਫਿਰ ਉਹਨੂੰ ਬੜਾ ਗੁੱਸਾ ਚੜ ਗਿਆ, ਫਿਰ ਉਸ ਪਿਓ ਉਹਦੇ ਨੇ ਉਹਨੂੰ ਸੋਟੇ ਮਾਰਨੇ ਸ਼ੁਰੂ ਕਰ ਦਿੱਤੇ, ਉਹਨੂੰ ਪਤਾ ਨਹੀਂ ਲੱਗਦਾ ਭਾਵੇਂ ਡੰਗਾ ਪੇ ਮਾਰੀਏ। ਅਤੇ ਉਹ ਜਿਹੜਾ ਸੀ ਮਸ਼ਹੂਰ ਸੀ ਰਹੀਮ ਭਲਵਾਨ ਜਿਹੜਾ ਸੀ ਨਾ, ਹਾਂਜੀ ਉਹ ਗੁਜਰਾਲੇ ਦਾ ਸੀ ਜੀ ਜੀ। ਇਹ ਕੀ ਗੱਲ ਪੈ ਪੁੱਛਦੇ ਹੋ? ਮੈਂ ਆਖਿਆ ਕਿ ਇਹ ਲੋਕਾਂ ਦੀ ਜਿਹੜੀ ਧੀ ਭੈਣ ਦੀ ਇੱਜ਼ਤ ਦੀ, ਬਿਲਕੁਲ ਉਹਦਾ ਸ਼ਾਗਿਰਦ ਸੀ ਇਹ। ਅੱਛਾ, ਉਸ ਰਹੀਮ ਭਲਵਾਨ ਦਾ ਗੁਜਰਾਲ, ਹਾਂਜੀ ਇਹਦਾ ਨਾਂ ਸੀ ਬਰਜਾਮ ਸਿੰਘ, ਇਹ ਵੀ ਬੜਾ ਭਲਵਾਨ ਸੀ। ਅਤੇ ਇਹਦਾ ਮਤਲਬ ਪਰਲੇ ਪਾਸੇ ਖੂਹ ਸੀ ਬਾਬਾ ਖੂਹ ਦਾ ਨਾਂ, ਅਤੇ ਉਹ ਇਹ ਖੂਹ ਦਾ ਉੱਤੋਂ ਜਦੋਂ ਤੁਰਦਾ ਹੁੰਦਾ ਸੀ ਨਾ, ਹਾਂਜੀ ਤਾਰੇ ਵਾਲਾ ਖੂਹ ਸੀ, ਤਾਰੇ ਵਾਲਾ, ਹਾਂ ਜੀ ਜੀ, ਉਹ ਆਪਣਾ ਉਸ ਖੂਹ ਦੇ ਉੱਤੋਂ ਦੁਪੱਟਾ ਅਤੇ ਤਾਰੇ ਵਾਲਾ ਉਹ ਖੂਹ ਜਿਹੜੇ ਹਨ ਉਹਨਾਂ ਦੇ ਹਨ। ਉੱਥੋਂ ਜਦੋਂ ਤੁਰਦਾ ਹੁੰਦਾ ਸੀ ਤਾਂ ਜੀ ਪੜਦਾ ਆਪਣੇ ਪੁਰਖਾ ਜਿਵੇਂ ਪਾਇਆ ਹੁੰਦਾ ਇਸ ਤਰ੍ਹਾਂ ਮਤਲਬ ਘੁੰਡ ਕੱਢ ਕੇ ਆਉਂਦਾ ਸੀ ਪਿੰਡ। ਅਤੇ ਇਸੇ ਤਰ੍ਹਾਂ ਹੀ ਮਤਲਬ ਦੂਜੇ ਸਾਰੇ ਹਿਆ ਇੰਨਾ ਕਰਦੇ ਹਨ ਜਿਵੇਂ ਆਪਣੀ ਮਤਲਬ ਧੀ ਭੈਣ ਹਿਆ ਬੜਾ ਕਰਦੇ ਹਨ। ਜਿਹੜੇ ਪਿੰਡ ਦੇ ਵਿੱਚ ਮੁਸਲਮਾਨ ਸਨ, ਜਿਹੜੇ ਕੰਮੀ ਸਨ, ਕਮਿਆਰ ਹੋ ਗਏ, ਮਾਛੀ ਮੋਚੀ ਨਾਈ ਹੋ ਗਏ, ਅਤੇ ਇਹਨਾਂ ਦੀ ਜਦੋਂ ਇਹਨਾਂ ਦੇ ਇਹ ਉਹਨਾਂ ਦੇ ਨਾਲ ਰਹਿ ਕੇ ਤੇ ਕੰਮ ਕਰਦੇ ਹੋਣੇ, ਫਿਰ ਸੇਫੀ ਹੋਣੇ ਨੇ ਜਦੋਂ ਧੀ ਭੈਣ ਦਾ ਵਿਆਹ ਸ਼ਾਦੀ ਹੁੰਦੀ ਸੀ ਉਹ ਫਿਰ ਸਾਰਾ ਕੁਛ ਹੱਥ ਰੱਖਦੇ ਸਨ, ਹੱਥ ਰੱਖਦੇ ਸਨ ਸ਼ੇਖ ਸੀ ਬੁੱਲਾ ਸ਼ੇਖ, ਉਹਦੀਆਂ ਧੀਆਂ ਭੈਣਾਂ ਜਿਹੜੀਆਂ ਹਨ ਉਹ ਮਤਲਬ ਜਿਹੜਾ ਕੇਸਰ ਸੀ ਸਾਰਿਆਂ ਮਤਲਬ ਦਿੰਦੇ ਹਾਰ ਸ਼ਾਇ ਉਹਨਾਂ ਨੂੰ ਦਿੰਦੇ ਹਨ, ਲਓ ਜੀ ਮਾੜਾ ਹੈ ਧੀ ਭੈਣ ਦਾ ਵਿਆਹ ਵਿੱਚ ਸ਼ਾਮਿਲ ਹੋ ਜਾਂਦੇ ਜਿਹੜਾ ਵਿੱਚ ਵੇਖੋ ਖਰਚੇ ਖੁਰਚਾ ਜੋ ਵੀ ਕਰਦੇ ਸਨ ਮਾੜਿਆਂ ਦੇ ਵਿੱਚ ਸ਼ਾਮਿਲ ਹੋ ਜਾਂਦੇ ਚੰਗੇ ਬੰਦੇ ਸਨ, ਚੰਗੇ ਬੰਦੇ ਸਨ। ਸਹੀ, ਅੱਛਾ ਉਹਨਾਂ ਦੇ ਵਿੱਚੋਂ ਵਰਿਆਮ ਤੋਂ ਇਲਾਵਾ ਕੋਈ ਹੋਰ ਵੀ ਵੱਡਾ ਕੋਈ ਤੁਹਾਡੇ ਲਈ ਦਾ ਭਲਵਾਨ ਆਇਆ ਸੀ ਉਹਨਾਂ ਵਿੱਚੋਂ?
ਜ਼ਿਆਦਾ ਇਹ ਖੂਹ ਦੇ ਉੱਤੇ ਸੀ ਇੰਦਰ ਜੀ, ਬੜਾ ਸੁਹਾਗਾ ਚੋਂ ਬੜੀ ਕੌਡੀ ਖੇਡਦਾ ਹੈ ਇੰਦਰ, ਮਤਲਬ ਰੋਡਾ ਖੂਹ ਹੈ ਨਾਤਕ ਨਾ ਤੋਂ ਲਹਿੰਦੇ ਪਾਸੇ ਆ ਅਤੇ ਰੋਡ ਦੇ ਪਾਸੇ ਕਰਕੇ ਪਿੱਪਲ ਜਿਹਾ ਨੇ ਉੱਥੇ ਵਾਹੁਣ, ਇੰਦਰ ਉਹਦਾ ਨਾਂ ਸੀ ਉਹ ਸਿੱਖਾਂ ਚੋਂ। ਹਾਂਜੀ ਹਾਂਜੀ। ਅਤੇ ਇਹਨਾਂ ਜੁੱਟਾਂ ਦਾ ਇੱਕ ਪੀਰਾ ਫਕੀਰ ਹੁੰਦਾ ਹੈ ਅਤੇ ਇੱਕ ਨਜ਼ੀਰ ਤਰਹਾਨ ਹੁੰਦਾ ਹੈ, ਇਹ ਮੁਸਲਮਾਨ ਸਨ, ਇਹ ਵੀ ਖੇਡਦੇ ਸਨ, ਇਹ ਉਹਦੇ ਜੁੱਟਦੇ ਸਨ। ਸਹੀ ਹੈ ਸਹੀ। ਅੱਛਾ, ਅਤੇ ਕੌਡੀ ਜਿਹੜੀ ਉਹ ਰੋਜ਼ ਖੇਡੀ ਜਾਂਦੀ ਸੀ? ਛਿੰਝ ਪੈਂਦੀ ਸੀ ਜਦੋਂ ਛਿੰਝ ਪੈਂਦੀ ਸੀ ਨਾ ਉਦੋਂ ਲੋਕ ਲੜਾਈਆਂ ਝਗੜੇ ਨਹੀਂ ਹੁਣ ਹੁੰਦੇ, ਗੋਲੀ ਛੋਲੀ ਨਹੀਂ ਚੱਲਦੀ, ਹੁਣ ਤਾਂ ਲੋਕ ਡਰਦੇ ਨੇ ਗੋਲੀ ਚੱਲ ਜਾਂਦੀ ਹੈ। ਮਤਲਬ ਜਿਹੜੇ ਜਿੱਥੇ ਵੀ ਕੋਈ ਇਹੋ ਜਿਹਾ ਜਕਸ਼ਨ ਹੋਵੇ ਨਾ ਫੰਕਸ਼ਨ ਉੱਥੇ ਮਤਲਬ ਖਤਰਾ ਹੀ ਹੁੰਦਾ ਹੈ। ਅੱਛਾ, ਉਹਨਾਂ 'ਚ ਕੋਈ ਬਦਮਾਸ਼ ਹੈ ਸੀ ਇੱਥੇ ਪਿੰਡ ਦੇ ਵਿੱਚ ਜਿਹਦੇ ਤੋਂ ਜਿਹਦਾ ਇਲਾਕੇ 'ਚ ਰੋਬ ਹੋਏ ਕੋਈ ਜਾਂ ਚੋਰ ਡਾਕੂ ਹੋਏ ਕੋਈ? ਹਾਂ ਨਹੀਂ, ਸਾਡੇ ਪਿੰਡ 'ਚ ਇਹੋ ਜਿਹਾ ਚੋਰ ਡਾਕੂ ਸਰ ਜਵਾਲਾ ਸਿੰਘ ਜਿਹੜਾ ਸੀ ਉਹ ਚੋਰਾਂ ਦੇ ਰਸੇ ਰਸਾਗੀਰ ਸੀ ਜੀ। ਮਾਸਟਰ ਚੋਰ ਉਹਦੇ ਕੋਲ ਆ ਕੇ ਜਿਵੇਂ ਉੱਠਦੇ ਬਹਿੰਦੇ ਹਨ ਜਿਵੇਂ ਇੱਕ ਗੰਢੀ ਛੋੜੇ ਨਹੀਂ ਹੁੰਦੇ ਅਤੇ ਲੁੱਟ ਲਿਆਉਣ ਤੋਂ ਉਹਦੇ ਕੋਲ ਜੇ ਉਹ ਉਹਨਾਂ ਦਾ ਰਸੇਗੀਰ ਸੀ। ਅੱਛਾ ਅੱਛਾ, ਚੋਰਾਂ ਦਾ। ਹਾਂਜੀ, ਬਾਕੀ ਬਦਮਾਸ਼ ਕੋਈ ਨਹੀਂ ਸੀ ਹੈ? ਹਾਂ, ਬਦਮਾਸ਼ ਕੋਈ ਨਹੀਂ ਸਿੱਖ। ਅੱਛਾ, ਇਸ ਕਿਧਰੇ ਸਾਡੇ ਇਲਾਕੇ 'ਚ ਕੋਈ ਹੋਰ ਵੀ ਮਸ਼ਹੂਰ ਬੰਦਾ ਸੀ ਜਿਹੜਾ ਜਿਹਦੇ ਤੋਂ ਦੁਨੀਆਂ ਡਰਦੀ ਹੋਏ ਜਿਹਦੇ ਇਲਾਕੇ 'ਚ ਨਾਂ ਵੱਜਦਾ ਹੋਏ? ਉਹ ਜਹਰਾ ਸਿੰਘ ਸੀ ਬੈਂਕਿਆਂ ਦਾ। ਹਾਂਜੀ, ਇਸ ਇਲਾਕੇ ਦੇ ਵਿੱਚ ਜੱਟ ਸੀ ਉਹ ਚੀਮਾ, ਇਹ ਉਹਦੀ ਜਾਤ ਦਾ ਨਹੀਂ ਪਤਾ, ਬੈਂਕਿਆਂ ਦਾ ਸੀ, ਜਹਰਾ ਸਿੰਘ ਬੈਂਕਿਆਂ ਦਾ ਬੜਾ ਮਸ਼ਹੂਰ ਸੀ। ਤੁਸੀਂ ਵੇਖਿਆ ਉਹ ਆਪਣੀ ਹੋਸ਼ 'ਚ? ਹਾਂ, ਉਹ ਵੇਖਿਆ ਪੂਰੇ ਜਿਹਾ ਕਰਦਾ ਸੀ, ਪੂਰੇ ਜਿਹਾ ਕਰਦਾ ਸੀ। ਹਾਂ, ਪੂਰੇ ਜਿਹਾ ਕਰਦਾ ਸੀ ਅਤੇ ਉਹਦਾ ਬੜਾ ਜੁੱਟ ਲੰਮਾ ਚੌੜਾ ਸੀ। ਹਾਂਜੀ, ਫਿਰ ਇੱਕ ਡਿਪਟੀ ਆਇਆ ਸੀ ਉਸ, ਫਿਰ ਉਹਨੂੰ ਨੱਥ ਪਾ ਲਈ, ਫਿਰ ਉਤਲੇ ਜਾ ਤੁਰ ਗਿਆ ਸੀ ਜਦੋਂ ਮਤਲਬ ਗਏ ਨੇ ਨਾ ਉਤਲੇ ਉਤਲੀ ਕੈਦ ਸੀ ਉਹ, ਕੈਦ ਸੀ ਡੱਕਿਆ। ਹੁਣ ਉਹ ਫਿਰ ਉਹ ਡਿਪਟੀ ਨੇ ਆਖਿਆ ਵੀ ਤੁਸੀਂ ਨਾ ਬੱਕਰੀ ਦਾ ਗਲ ਕੈਂਠਾ ਪਾ ਛੱਡੋ, ਜੇ ਤੁਹਾਡਾ ਲਾਹ ਲਿਆ ਤਾਂ ਆ ਜਾਇਆ ਵੱਡੇ ਵਾਲੇ ਮੇਰੇ ਕੋਲ ਗੁਜਰਾਲ, ਅਤੇ ਇੰਜੋ ਕਰ ਛੱਡਿਆ ਸੀ। ਹਾਂਜੀ ਹਾਂਜੀ, ਉਹ ਬੜਾ ਮਸ਼ਹੂਰ ਸੀ, ਉਹਦੇ ਨਾਲ ਜੁੱਟ ਵੀ ਬੜਾ ਸੀ। ਹਾਂਜੀ ਬਿਲਕੁਲ ਠੀਕ ਹੈ। ਹਾਂ, ਦੀਨੋਂ ਅਤੇ ਕਈ ਲੋਕ ਨਾਲ ਉੱਥੋਂ ਦੇ। ਚਾਚਾ ਜੀ, ਫਿਰ ਜਦੋਂ 47 ਦੀ ਵੰਡ ਹੋਈ ਸੀ ਫਿਰ ਜੀ, ਅਤੇ ਉਦੋਂ ਇਸ ਪਿੰਡ ਦੇ ਵਿੱਚ ਕੀ ਕੁਝ ਹੋਇਆ ਸੀ? ਇਹ ਪਿੰਡ ਦੇ ਵਿੱਚ ਜਦੋਂ ਮਤਲਬ ਜਿਹੜੇ ਖੱਤਰੀ ਲੋਕ ਸਨ, ਹਾਂਜੀ, ਉਹ ਤਾਂ ਨਿਕਲ ਗਏ ਸਨ। ਕੁਛ ਲੋਕ ਖੱਤਰੀ ਜਿਹੜੇ ਹਨ ਜ਼ਮੀਨਾਂ ਵੀ ਥੋੜ੍ਹੀਆਂ ਬਾਤੀਆਂ ਜਿਹੜੀਆਂ ਲਾਂਭੇ ਹਨ ਵੇਚ ਗਏ ਸਨ ਜੀ। ਆਪੋ ਪਹਿਲੇ ਸਰ ਕਈ ਸੁੰਦਰ ਸ਼ਾਹ ਜਿਹੜਾ ਸੀ ਨਾ ਬੜਾ ਮਸ਼ਹੂਰ ਸੀ, ਉਹ ਸ਼ਾਮੇ ਸ਼ਾਹ ਦਾ ਪੋਤਰਾ ਹੀ ਲੱਗਦਾ ਸੁੰਦਰ ਸ਼ਾਹ, ਜਿਹੜੇ ਬੜੀ ਜ਼ਮੀਨ ਸੀ, ਬੜੇ ਮਤਲਬ ਲੈਂਡ ਲਾਰਡ ਸੀ ਇੱਥੇ ਪਿੰਡ ਦੇ ਵਿੱਚ। ਹਾਲਾਤ ਇਹ ਸਨ, ਉਹਨਾਂ ਦੇ ਜਿਹੜੇ ਸਾਡੇ ਵਸਿੰਦੇ ਸਨ ਉਹਨਾਂ ਦੇ ਰਖਵਾਲੇ ਬਣੇ ਸਨ, ਉਹਨਾਂ ਇਸ ਵਜ੍ਹਾ ਤੋਂ ਉਹਨਾਂ ਦਾ ਬੜਾ ਇੱਕ ਦੂਜੇ ਦੇ ਨਾਲ ਤਲਕਾਤ ਸਨ। ਉਹ ਮਤਲਬ ਜਦੋਂ ਵੱਸਦੇ ਹਾਂ ਉਦੋਂ ਬੜੇ ਇੱਕ ਦੂਜੇ ਕੰਮ ਆਉਂਦੇ ਸਨ। ਬਿਲਕੁਲ ਜੀ, ਕੋਈ ਸ਼ੱਕ ਨਹੀਂ। ਹਾਂ, ਅਤੇ ਇਸ ਤਰ੍ਹਾਂ ਜਿਵੇਂ ਯਾਰੀ ਦੋਸਤੀ ਆ ਇਸ ਤਰ੍ਹਾਂ, ਅਤੇ ਉਹ ਫਿਰ ਯਾਰੀ ਦੋਸਤੀ ਦੀ ਵਜ੍ਹਾ ਤੋਂ ਬੜਾ ਉਹਨਾਂ ਨਾਲ ਲੱਥੇ ਹਨ, ਤਾਂ ਆਪਾਂ ਫਿਰ ਉਹਨਾਂ ਦੇ ਨਾਲ ਹੋ ਕੇ ਉਹਨਾਂ ਨੂੰ ਕੱਢਿਆ ਵੀ ਇੱਥੇ ਗੁਰਦੁਆਰਾ ਖੂਬ, ਉੱਥੇ ਫਿਰ ਸਾਰੇ ਆਪਣੇ ਮੈਨੂੰ ਉੱਥੇ ਛੱਡਿਓ, ਉੱਥੇ ਉਹਨਾਂ ਦਾ ਕਾਫਲਾ ਬੜਾ ਲੰਮਾ ਚੌੜਾ ਇਕੱਠਾ ਹੋਇਆ ਸੀ, ਉੱਥੋਂ ਫਿਰ ਨਿਕਲ ਕੇ ਗਏ ਨੇ। ਨਹੀਂ, ਜਦੋਂ ਪਿੰਡ ਦੇ ਵਿੱਚੋਂ ਬੈਠੇ ਸਨ ਜਦੋਂ, ਅਤੇ ਉਦੋਂ ਬਾਹਰ ਦੀਆਂ ਕੁਛ ਲੋਕਾਂ ਨੇ ਗੱਖਰੂ ਆ ਕੇ ਜਾਂ ਕਿੱਥੇ? ਆਹੋ, ਮਤਲਬ ਉਹ ਤੁਹਾਨੂੰ ਦੱਸਦੇ ਹਾਂ ਇੱਥੇ ਨਾ ਜਿਹੜੇ ਜਿਹੜੇ ਸਿੱਖ ਸਨ, ਹਾਂਜੀ, ਇਹ ਫਿਰ ਉਹਨਾਂ ਨੇ ਹੁਣ ਮਤਲਬ ਆਉਂਦੇ ਹੋਰ ਇੱਕ ਸਾਡੇ ਪਾਪ ਨੂੰ ਆਖਣ ਲੱਗਾ ਜਿਹੜਾ ਤਾਰਾ ਸਿੰਘ ਸੀ ਨਾ, ਸਾਡੇ ਬਾਪ ਨੂੰ ਆਖਣ ਲੱਗਾ 50 ਡੰਗਰ ਨੇ ਸਾਡੇ, ਇੱਕ ਸਾਈ ਹੈ ਸਾਡਾ ਖੜ੍ਹੇ ਨੇ ਖੂਹ ਦੇ ਉੱਤੇ, ਮੈਂ ਵੀ ਕੋਲ ਹੀ ਖਾਣਾ ਆਖਣ ਲੱਗਾ, ਐਵੇਂ ਥੋੜ੍ਹਾ ਚਿਰ ਚ ਹੱਲਾ ਜੁੱਲਾ, ਹਾਂ ਮਤਲਬ ਕੋਈ ਦੋ ਦਿਨ ਅਸੀਂ ਹਿੱਲੇ, ਸਾਡੇ ਪੈਰ ਨਹੀਂ ਖਲੋਂਦੇ ਪਏ ਜੀ, ਅਤੇ ਹਾਂ ਮਤਲਬ ਅੱਗੇ ਪਿੱਛੇ ਹੋਣਾ ਮੈਂ, ਅਤੇ ਜਿਹੜਾ ਕੋਈ ਇਹਦੇ ਨਾਲ ਬੱਚਿਆਂ ਨੂੰ ਆਖੇ ਮਦਦ ਕਰਾਂ, 6 ਭਰਾ ਹਨ ਛੋਟੇ ਛੋਟੇ ਦਾ, ਕੱਟਣਾ ਵੱਢਣਾ ਪਾਣੀ ਡਾਹਣਾ ਸਾਰਾ ਕਰ, ਹਾਂ ਕੁਛ ਇਹਦੇ ਨਾਲ ਮਦਦ ਨਾ ਪਾਣੀ ਡਾਹਣ ਦੀ ਜਾਂ ਪੱਠੇ ਪਾਉਣ ਦੀ ਕਰ ਛੱਡਿਆ ਕਰਿਆ ਜੇ, ਅਤੇ ਅਸੀਂ ਜੇਕਰ ਲੜ ਕੇ ਜਾਣਾ ਹੋਵੇ ਤਾਂ ਸਿਰ ਦੇ ਉੱਤੇ ਕੜਾ ਨਹੀਂ ਕਰਕੇ ਸੁੱਟੀਏ ਨਾ, ਨਿਹੰਗ ਬਣੇ ਸਨ ਅਤੇ 100 ਬੰਦੇ 'ਚ ਲੰਘ ਜਾਂਦਾ, ਇੰਝ ਕਰਕੇ ਖੱਟੇ ਕੱਪੜੇ ਪਾਏ ਹੁੰਦੇ ਅਤੇ ਨਿਹੰਗ ਬਣੇ ਸਨ, ਅਤੇ ਮਤਲਬ ਉਹਨਾਂ ਦੇ ਨਾਲ
ਜਿਹੜੇ ਬੰਦੇ ਸਨ ਕਿਸੇ ਨੂੰ ਮੈਂ ਤਾਂ ਆਪਣੀਆਂ ਕੁਛ ਹੈ ਜਿਹੜੀ ਬੰਦੇ ਕੋਈ ਟੂੰਬਾਂ ਕੋਈ ਪੈਸੇ ਦੇ ਗਏ ਬੰਦਿਆਂ ਨੂੰ ਵਿੱਚ ਜੀ ਅਤੇ ਇਹ ਜਦੋਂ ਆਏ ਨੇ ਮੈਂ ਤਾਂ ਆਪਣਾ ਗੱਖੜੋਂ ਡੋਗਰਿਆਂ ਪੁੱਛਿਆ ਸਫੈਦ ਪੋਸ਼ ਨੂੰ ਗੱਖੜ ਦਾ ਸਫੈਦ ਪੋਸ਼ ਸੀ ਬਹੁਤ ਹੋ ਗਿਆ ਅਤੇ ਉਹ ਉਹਨੂੰ ਆ ਕੇ ਪੁੱਛਿਆ ਉਹਨਾਂ ਡੋਗਰਿਆਂ ਮੈਂ ਆਖਿਆ ਹੁਣ ਤਾਂ ਨਹੀਂ ਕੋਈ ਕੁੜਤਾ ਇੱਥੇ ਕੋਈ ਰਹਿ ਗਿਆ ਉਹ ਆਖਿਆ ਕੋਈ ਨਹੀਂ ਨਿਕਲ ਡੁਕਲ ਗਏ ਨੇ ਸਾਰੇ ਉਹ ਇੱਥੇ ਮੁੰਡੇ ਨਿਕਲ ਕੇ ਗਏ ਨੇ ਗੱਖੜੋਂ ਅਤੇ ਕੋਇਆ ਸੀ ਹੁਣ ਮਕਾਨ ਉਹਨਾਂ ਫਿਰ ਇੱਥੇ ਆ ਕੇ ਨਾ ਫੜ ਫੜ ਕੇ ਨਾ ਅਤੇ ਇੱਕ ਅੰਦਰ ਇਕੱਠੇ ਕਰੀ ਗਏ ਉਹਨਾਂ ਨੂੰ ਜਿਹੜੇ ਸਾਡੇ ਬੰਦਿਆਂ ਨੂੰ ਮਿਲਣ ਸਾਡੇ ਬਾਪ ਸੀ ਉਹਦੇ ਯਾਰ ਦੋਸਤ ਜਿਹੜੇ ਖੁਸ਼ੀਆ ਅਤੇ ਆਪਣਾ ਕੇਸਰ ਅਤੇ ਤਿੰਨ ਬੰਦੇ ਫੜੇ ਬੰਦੇ ਬਾਹੀਆਂ ਪਿੱਛੋਂ ਅਤੇ ਅੱਗੇ ਲਾਏ ਪੱਗ ਫੜੀ ਹੱਥ 'ਚ ਉਹਨਾਂ ਨੱਸਣਾ ਕੀ ਸੀ ਉਹ ਵੀ ਮਤਲਬ ਉਹ ਤਰੇ ਬੰਦੇ ਅੱਗੇ ਲੈ ਗਏ ਅਤੇ ਸਾਡਾ ਪਿਓ ਘਰ ਜਾਂਦਾ ਸੀ ਪਰਲੇ ਪਾਸੇ ਸਾਡਾ ਘਰ ਸੀ ਸਾਡਾ ਪਿਓ ਵੀ ਰੋ ਗਿਆ ਅਤੇ ਅਗਰ ਨਿਕਲ ਗਿਆ ਉਹਦੇ ਹੱਥੋਂ ਡਿੱਗਣ ਉਹਨਾਂ ਫਿਰ ਲਿਆ ਕੇ ਉਹ ਜਿਹੜਾ ਭਗਤ ਸੀ ਨਾ ਉਹਦੇ ਘਰ ਦੇ ਵਿੱਚ ਅਤੇ ਇਕੱਠੇ ਕਰਕੇ ਨਾ 60-70 ਬੰਦੇ ਗੱਖੜਦਿਆਂ ਗੱਖੜਦਿਆਂ ਲੋਕਾਂ ਨੇ ਗੱਖੜਦਿਆਂ ਅਤੇ ਉਹ ਬਸ ਉਹ ਜਿਹੜਾ ਆਏ ਨੇ ਮਤਲਬ ਮਿੰਟਰੀ ਆਏ ਉਹਨਾਂ ਪੁੱਛ ਕੇ ਅਤੇ ਉਹ ਵੀ ਫਿਰ ਮਗਰ ਸੂਏ ਸੂਏ ਪਾਈਆਂ ਗੱਡੀਆਂ ਜੀ ਉਹਨਾਂ ਵੀ ਦਾਰੇ ਦੇ ਵਿੱਚ ਬੂੜਾ ਸਨ ਉੱਥੇ ਆ ਖਿਲਾੜੀ ਸਕੂਲ ਜਿਹੜਾ ਸਮਝ ਲਓ ਜੀ ਸਕੂਲ ਸਕੂਲੇ ਸਕੂਲ ਦੇ ਅੱਗੇ ਖਿਲਾ ਦਿੱਤੀਆਂ ਗੱਡੀਆਂ ਵਾਹਵਾ ਖੁੱਲ੍ਹਾ ਦਾਰਾ ਸੀ ਜੀ ਦਾਰੇ ਦੇ ਵਿੱਚ ਗੱਡੀਆਂ ਹੋਣ ਤਾਂ ਛੱਤ ਛੁੱਤ ਕਤਾ ਨਹੀਂ ਦਾਰਾ ਉਹ ਬੜਾ ਖੁੱਲ੍ਹਾ ਦਾਰਾ ਸੀ ਅੱਗੇ ਪਹਾੜ ਵਾਲਾ ਹਾਂਜੀ ਉੱਥੇ ਗੱਡੀਆਂ ਖਿਲਾ ਦੀਆਂ ਅਤੇ ਉਹਨਾਂ ਉੱਥੋਂ ਹੀ ਨਾ ਪੈਰ ਮਤਲਬ ਜਿਹੜੇ ਹਨ ਕੱਢਣੇ ਸ਼ੁਰੂ ਕਰ ਦਿੱਤੇ ਬਾਈ ਹਾਂਜੀ ਉਹਨਾਂ ਉਹ ਮੱਚਲ ਦੇ ਕੋਲ ਆ ਗਏ ਵਾਹੀ ਫੈਰ ਕੱਢ ਸਾਰੇ ਪਿੰਡ 'ਚ ਛਾ ਗਏ ਉਹ ਗੱਡੀਆਂ ਇੰਨੀਆਂ ਉਹ ਜਿਹੜੇ ਕਾਤਲੀ ਅੱਗੇ ਚੜ੍ਹਿਆ ਨਾ ਤਾਂ ਉਹਦੇ ਮਗਰ ਭੱਜ ਕੇ ਉਹਨਾਂ ਨੂੰ ਫੜਿਆ ਵੀ ਫੜ ਕੇ ਮਾਰਿਆ ਨਹੀਂ ਦੋ ਤਰ੍ਹਾਂ ਵੱਟ ਮਾਰੇ ਨੇ ਉਹਨੂੰ ਨਾਲ ਲੈ ਫੜ ਲਿਆ ਇਸ ਤਰ੍ਹਾਂ ਜਿਹੜੇ ਉਹਨਾਂ ਕੋਲ ਫੜੇ ਗਏ ਨੇ ਫੜ ਲਏ ਨੇ ਜਿਹੜੇ ਲੋਕ ਮਾਰਨ ਆਏ ਸਨ ਕੁਛ ਜਿਹੜੇ ਮਾਰਨ ਆਏ ਸਨ ਉਹ ਕੁਛ ਲੋਕ ਉਹਨਾਂ ਫੜ ਲਏ ਫੜਕਤੇ ਠੀਕ ਹੈ ਫੜਕਤੇ ਉੱਥੇ ਮਸਜਿਦ ਦੇ ਵਿੱਚ ਮਤਲਬ ਉੱਥੇ ਇਕੱਠੇ ਹੋਏ ਸਨ ਮੁਸਲਮਾਨ ਹੋਣ ਵਾਸਤੇ ਉੱਥੇ ਉਹਨਾਂ ਆਖਿਆ ਵੀ ਪੈਰਾਂ ਕੱਢੀਆਂ ਉਹਨਾਂ ਆਖਿਆ ਇਹ ਅਸੀਂ ਇਹ ਲੋਕ ਸਾਡੇ ਮੈਤਰੀ ਨੇ ਅਸੀਂ ਮੁਸਲਮਾਨ ਤਾਂ ਹੁੰਦੇ ਹਾਂ ਉਹ ਖੁਸ਼ੀਆ ਨਾਂ ਸੀ ਸਿੱਖ ਦਾ ਉਹ ਆਖਿਆ ਸਾਡੇ ਜਿਹੜੇ ਨੇ ਇਹ ਸਾਨੂੰ ਕੋਈ ਬੰਦਾ ਪਿੰਡ ਦਾ ਨਹੀਂ ਮਾਰਦਾ ਪਿਆ ਇਹ ਸਾਰੇ ਲੋਕ ਪਿੰਡ ਦੇ ਹੀ ਨੇ ਅਤੇ ਉਹ ਮਤਲਬ ਵਿੱਚ ਵਾਹਵਾ ਲੀਡਰ ਮਤਲਬ ਮੇਰਾ ਸੀ ਉਹਦਾ ਨਾਂ ਸ਼ੌਕਤ ਸੀ ਉਹ ਆਖਿਆ ਮਤਲਬ ਇਹਨਾਂ ਲੋਕਾਂ ਨੂੰ ਸਾਹਿਬਾਨਾਂ ਨੂੰ ਪੁੱਛ ਲਓ ਜੇ ਕੋਈ ਪਿੰਡ ਦਾ ਇਹਨਾਂ ਨੂੰ ਆਉਂਦਾ ਮੈਂ ਕਾਂਗਰਸ ਦਾ ਲੀਡਰ ਅਤੇ ਮੈਂ ਮਤਲਬ ਤੁਹਾਨੂੰ ਇਹਨਾਂ ਦੇ ਇੱਥੇ ਗੋਲੀ ਚਲਾਉਣ ਦਾ ਤੁਹਾਨੂੰ ਕੋਈ ਆਰਡਰ ਨਹੀਂ ਉਹ ਫਿਰ ਮਤਲਬ ਫਿਰ ਜਦੋਂ ਉਹ ਜਿਹੜੇ ਹਨ ਕਾਦਰੀ ਜਿਹੜੇ ਨੱਸਦੇ ਭੱਜਦੇ ਵੇਖੇ ਉਹਨੂੰ ਗੋਲੀ 'ਚ ਸਟੇਸ਼ਨ ਤੀਕਰ ਮਤਲਬ ਸਾਡਾ ਖੂਹ ਜਿਹੜਾ ਇਹ ਇੱਥੋਂ ਤੀਕਰ ਗੋਲੀ ਆਈ ਹਾਂਜੀ ਗੋਲੀਆਂ ਮਤਲਬ ਇੰਨੀ ਇੰਨੀ ਦੂਰ ਉਹਨਾਂ ਗੋਲੀਆਂ ਚਲਾਈਆਂ ਫਿਰ ਵਾਜੀ ਇੱਕ ਬੰਦਾ ਮਾਰਿਆ ਮੁਸਲਮਾਨ ਉੱਥੇ ਲੱਗ ਕੇ ਚੜ੍ਹ ਕੇ ਵੇਖਣ ਲੱਗਾ ਉਹ ਪੌੜੀਆਂ ਚੜ੍ਹਿਆ ਉਹਨੂੰ ਗੋਲੀਬਾਜੀ ਬੈਠੀ ਸੀ ਉਹ ਵੀ ਕਾਤਲੀਆਂ ਜੀ ਸ਼ਾਮਿਲ ਸੀ ਹਾਂਜੀ ਐਸੀ ਪਿੰਡ ਹੈ ਉਂਝ ਕਿਹਦੇ ਬਾਰੇ 'ਚ ਆਖਿਆ ਜਾਂਦਾ ਕਿ ਫਲਾਣੀ ਥਾਂ ਦੇ ਫਲਾਣੀ ਜ਼ਾਤ ਦੀਆਂ ਲੋਕਾਂ ਨੇ ਆ ਕੇ ਇਹਨਾਂ ਨੂੰ ਮਾਰਿਆ ਸੀ ਇੱਥੇ ਗੱਖੜ ਦੇ ਕਸਾਈ ਕਸ਼ਮੀਰੀ ਐਂ ਮਾਛੀ ਜਿਹੜੀਆਂ ਇਹ ਕੌਮਾਂ ਸਨ ਇਹਨਾਂ ਮਾਰਿਆ ਸੀ ਜਿਹੜੇ ਮਾੜੇ ਸਨ ਗੱਖੜ ਦੇ ਜਿਹੜੇ ਕਸਾਈ ਕਸੂਈ ਬੜੇ ਸਨ ਹਾਂਜੀ ਮਤਲਬ ਕਸਾਈ ਕੋਈ ਵੀ ਹੋ ਸਕਦਾ ਵਾ ਭਾਵੇਂ ਕਸ਼ਮੀਰੀ ਹੋਵੇ ਭਾਵੇਂ ਕੋਈ ਹਾਂਜੀ ਅਤੇ ਕੋਈ ਮਾਛੀ ਹੋ ਗਏ ਕੋਈ ਮਤਲਬ ਘੁਮਿਆਰ ਹੋ ਗਏ ਇਸੇ ਤਰ੍ਹਾਂ ਰਲ ਕੇ ਨਾਲੇ ਮਤਲਬ ਮਾਰਿਆ ਉਹਨੇ ਫਿਰ ਉਸ ਤੋਂ ਬਾਅਦ ਲੁੱਟ ਮਾਰ ਵੀ ਉਹਨੇ ਕੀਤੀ ਅੱਛਾ ਚਾਚਾ ਜੀ ਤੁਸੀਂ ਜ਼ਿੰਦਗੀ ਮਤਲਬ ਉਹਨਾਂ ਫਿਰ ਉਹ ਜਿਹੜੀ ਹੈ ਨਾ ਉਹ ਜਿਹੜੇ ਬੰਦੇ ਫੜੇ ਸਨ ਕਾਤਲੀ ਹਾਂਜੀ ਉਹਨਾਂ ਟਰੱਕਾਂ ਦੇ ਵਿੱਚ ਉਹ ਸਾਰੀਆਂ ਲਾਸ਼ਾਂ ਉਹਨਾਂ ਕੋਈ ਛਟਾਈਆਂ ਨੇ ਅੱਛਾ ਤੋ ਲੈ ਗਏ ਵਿੱਚ ਮੁਸਲਮਾਨ ਦੀ ਵੀ ਠੀਕ ਹੈ ਮੁਸਲਮਾਨ ਦੀ ਵਿੱਚ ਹੀ ਲੈ ਗਏ ਸਹੀ ਹੈ ਅੱਛਾ ਚਾਚਾ ਜੀ ਤੁਸੀਂ ਜ਼ਿੰਦਗੀ ਵੇਖੀ ਹੈ ਮਤਲਬ ਕਿ ਬਹੁਤਾ ਤੁਸੀਂ ਇੱਥੇ ਰਹੇ ਹੋ ਬਹੁਤਾ ਸੁਣਿਆ ਉਹ ਵੇਲਾ ਵੀ ਵੇਖਿਆ ਤੁਸੀਂ ਅਤੇ ਕਿਸੇ ਥਾਂ ਦੇ ਉੱਤੇ ਤੁਸੀਂ ਅੱਜ ਤੱਕ ਸੁਣਿਆ ਕਿ
ਜੱਟਾਂ ਨੇ ਜਿਹੜੇ ਇੱਥੋਂ ਦੇ ਜੱਟ ਨੇ ਲਹਿੰਦੇ ਪੰਜਾਬ ਦੇ ਮੁਸਲਮਾਨ ਜਿਹੜੇ ਜੱਟ ਨੇ ਜਿਵੇਂ ਅਸੀਂ ਤੁਸੀਂ ਹਾਂ, ਅਤੇ ਇਹਨਾਂ ਨੇ ਉਹਨਾਂ ਲੋਕਾਂ ਨੂੰ ਕੋਈ ਨੁਕਸਾਨ ਦਿੱਤਾ ਹੋਏ ਜਾਂ ਫਿਰ ਉਹਨਾਂ ਨੂੰ ਮਾਰਿਆ ਹੋਏ, ਜੱਟਾਂ ਨੇ ਜੱਟਾਂ ਦੇ ਨਾਲ ਕੋਈ ਵਾਧਾ ਘਾਟਾ ਕਿਸੇ ਥਾਂ ਦੇ ਉੱਤੇ ਕਿਸੇ ਪਿੰਡ 'ਚ ਸੁਣਿਆ ਕਿ ਕੀਤਾ ਹੋਏ ਕਦੀ? ਨਹੀਂ ਸੁਣਿਆ, ਨਹੀਂ ਸੁਣਿਆ। ਜਿਹੜੇ ਰਹਿੰਦੇ ਸਨ ਜਿੱਥੇ, ਹਾਂਜੀ, ਜਿੱਥੇ ਕਿਸੇ ਦਾ ਤਲਕਾਤ ਵੀ ਸੀ, ਉਹਦੀ ਮਹਿਤ ਕੀਤੀ ਇਹ ਜਿਹੜੇ ਪਿੰਡ ਮੁਸਲਮਾਨ ਜੱਟ ਸਨ ਕਰਨੀ, ਤਾਂ ਉਹੀ ਜਿਹੜਾ ਕੋਈ ਸਿਰ ਜਿਹੜਾ ਹਿਲਦਾ, ਹਾਂਜੀ ਹਾਂਜੀ, ਅਤੇ ਮਤਲਬ ਕੰਮੀ ਜਿਹੜੇ ਸਨ ਵਿੱਚ ਚੰਗੇ, ਉਹਨਾਂ ਵੀ ਮਹਿਤ ਕੀਤੀ ਹੈ ਬੜੀ। ਘੁਮਿਆਰਾਂ ਜ਼ਿਲ੍ਹਿਆਂ ਦੇ ਵਿੱਚ ਕੁਛ ਬਾਬਾ ਹਨ ਜੀ, ਘੁਮਿਆਰਾਂ 'ਚ ਬਾਬਾ ਜਿਹੜੇ ਜੀ ਸਨ, ਜੇ ਕੋਈ ਮਾਛੀਆਂ 'ਚ ਹਨ, ਉਹਨਾਂ ਵੀ ਬੜੀ ਉਹਨਾਂ ਦੀ ਮਹਿਤ ਕੀਤੀ। ਅਤੇ ਦੂਜੀ ਇਹ ਗੱਲ ਕਿ ਤੁਸੀਂ ਪਿੰਡ 'ਚ ਨਹੀਂ ਕਿਸੇ ਨੇ ਮਾਰਿਆ, ਕਿਸੇ ਪਿੰਡ ਦੇ, ਜੀ ਜੀ, ਤੁਸੀਂ ਇੱਥੇ ਕਦੀ ਸੁਣਿਆ ਹੋਏ ਕਿਸੇ ਪਿੰਡ ਦੇ ਵਿੱਚ ਵੀ, ਉਹ ਭਾਵੇਂ ਜਿਹੜੇ ਆਲੇ ਦੁਆਲੇ ਦੇ ਕੁਛ ਪਿੰਡ ਨੇ ਜਾਂ ਫਿਰ ਪੂਰੇ ਗੁਜਰਾਲੇ ਦੇ ਵਿੱਚ, ਤੁਸੀਂ ਕਦੀ ਸੁਣਿਆ ਕਿ ਕਿਸੇ ਬੰਦੇ ਵੱਲ ਜਿਹੜੀ ਉਹਦੀ ਘਰ ਵਾਲੀ ਹੈ, ਉਹ ਉਸ ਵੇਲੇ ਉਹਨੇ ਕੋਈ ਸਿੱਖਣੀ ਕੱਢ ਕੇ ਅਤੇ ਆਪਣੇ ਨਾਲ ਵਿਆਹ ਕੇ ਅਤੇ ਰੱਖੀ ਹੈ? ਨਹੀਂ ਨਾ ਸੁਣਿਆ ਹੈ, ਨਹੀਂ ਸੁਣਿਆ। ਇਸ ਵਾਸਤੇ ਕਿ ਸਾਡੇ ਇਲਾਕੇ ਦੇ ਵਿੱਚ ਵੱਢ ਟੁੱਕ ਹੋਈ ਹੈ, ਉਹ ਵੱਖਰੀ ਗੱਲ ਹੈ, ਲੋਕਾਂ ਵੱਢ ਟੁੱਕ ਹੋਈ ਹੈ, ਅੱਗਾਂ ਵੀ ਲੱਗੀਆਂ ਨੇ, ਸਾਰਾ ਕੁਝ ਕੀਤਾ ਸੀ, ਖੂਸਰਾਂ ਬਰਿਆਰਾਂ 'ਚ ਅੱਗਾਂ ਲੱਗੀਆਂ, ਪਿੰਡ ਦੇ ਵਿੱਚ ਅੱਗਾਂ ਹੀ ਲੱਗ ਗਈਆਂ, ਹਾਂਜੀ। ਪਰ ਜਿਹੜੀ ਗੱਲ ਇਹ ਕਿ ਕਿਸੇ ਨੇ ਬੀਬੀ ਫੜ ਕੇ ਤੇ ਵਿਆਹ ਕੇ ਨਾਲ ਨਹੀਂ ਰੱਖੀ ਹੈ? ਨਹੀਂ, ਨਾਲ ਨਹੀਂ ਰੱਖੀ। ਅੱਛਾ, ਇਹਨਾਂ 'ਚੋਂ ਚੋਖਾ ਜਿਹੜਾ ਸ਼ਰਾਰਤੀ ਹੈ, ਉਹ ਚੈਨੀ ਸੀ? ਹਾਂ, ਉਹ ਇੱਥੇ ਮਤਲਬ ਉਹ ਰੋਡੇ ਖੂਹਦੇ ਸੀ। ਅੱਛਾ, ਤੁਸੀਂ ਉਹ ਸ਼ਰਾਰਤੀ ਦੇ ਬੜੇ ਸਨ ਵਿੱਚ ਪਿੰਡ ਦੇ, ਪਰ ਉਹ ਅਸੀਂ ਇੰਨੇ ਸ਼ਰਾਰਤਾਂ ਯੋਗ ਨਹੀਂ ਹਾਂ, ਹਾਂਜੀ, ਇੰਨੇ ਇਹੋ ਜਿਹੇ ਜੋਟਾਂ 'ਚ ਬਹਿਣ ਖਲੋਣ ਵਾਲੇ ਨਹੀਂ ਹਾਂ ਅਸੀਂ। ਸਿੱਧੇ ਆਏ, ਸਾਡਾ ਪਰਲੇ ਪਾਸੇ ਘਰ ਆਉਂਦਾ ਸੀ, ਉੱਥੇ ਇੱਕ ਦਾਰੀ ਦਾਰੀ ਬੜਾ ਸ਼ਰਾਰਤੀ ਹਿੰਦੂ, ਹਾਂਜੀ, ਅਤੇ ਉਹ ਸਾਡੇ ਇੱਥੇ ਪਿਓ ਨੇ ਇਹ ਖੂਹ 'ਤੇ ਉਹਨਾਂ ਦੀ ਪੈਲੀ ਹੈ ਸੀ ਪਰਲੇ ਪਾਸੇ, ਅਤੇ ਉੱਪਰੋਂ ਤਰਪਾਇਆ 'ਤੇ ਵੀ ਉਹਨਾਂ ਦੀ ਪੈਲੀ ਸੀ ਜੀ, ਭਰਾ ਤਰਪਾਇਆ ਖੂਹ 'ਤੇ ਇਹ ਪਿੱਪਲ ਵਾਲਾ ਖੂਹ ਵੱਜਦਾ ਲੰਬੜਾ ਦਾ ਜੀ, ਇੱਥੇ ਵੀ ਬੜਾ ਸ਼ਰਾਰਤੀ ਸੀ। ਅਤੇ ਇੱਥੇ ਉਹ ਜਿਹੜੇ ਦੱਸ ਨਾ ਮਾਨ ਸਿੰਘ, ਅਤੇ ਇਹ ਜਿਹੜਾ ਦੂਜੇ ਦਾ ਮੈਂ ਨਾਂ ਲਿਆ ਸੀ ਫਿਰ ਭੁੱਲ ਗਿਆ, ਦੂਜੇ ਧੀਰੇ ਵਾਲੇ ਖੂਹ ਦੇ ਦੋ ਹੁਣ ਅਰਜਨ ਦੇ ਮੁੰਡੇ ਜੀ, ਉਹ ਵੀ ਸ਼ਰਾਰਤੀ ਸਨ। ਠੀਕ। ਅੱਛਾ, ਤੁਸੀਂ ਇਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਤਾਂ ਦੇ ਸਕਦੇ ਹੋ, ਕੋਈ ਗੱਲ ਆਖਣਾ ਚਾਹੋ ਤਾਂ? ਨਹੀਂ, ਕੋਈ ਖਾਸ ਇਹ ਜਿਹੜਾ ਸੀ ਮੈਂ ਤਾਂ ਤੁਹਾਨੂੰ ਦੱਸਿਆ ਵੀ ਇਹ ਵੀ ਜਿਹੜਾ ਮੈਂ ਤਾਂ ਆਪਣਾ ਚੈਨ ਜਿਹੜਾ ਵੇ ਜੀ, ਹੁਣ ਇੰਨਾ ਚਿਰ ਹੋ ਗਿਆ ਕਿ ਬਚਪਨ ਦੇ ਵਿੱਚ ਜਿਉਂਦੇ ਹੋਣ ਉੱਧਰ ਤੁਹਾਡੇ ਨਾਲ ਰਾਬਤਾ ਕਰਨ ਪਰਤ ਕੇ? ਹਾਂ, ਉਹ ਕਰ ਸਕਦੇ ਨੇ ਜੇ ਸਾਡਾ ਕੋਈ ਤਾਂ ਪਤਾ ਹੋਵੇ ਇੱਥੋਂ, ਹਾਂ ਕਰ ਲੈਂਦੇ ਨਾ, ਉਹ ਤਾਂ ਪਤਾ ਆ ਗਿਆ ਬਸ। ਹਾਂ, ਅਤੇ ਮਿਲਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਅੰਜ? ਦੇਖੋ, ਉਹਨਾਂ ਜੀਆਂ ਤਾਂ ਮਿਲਣਾ ਚਾਹੁੰਦੇ, ਇਕੱਠੇ ਜੀ ਰਹੇ, ਯਾਦ ਆਉਂਦੇ ਨੇ, ਯਾਦ ਆਉਂਦੇ ਨੇ ਬਹੁਤ, ਜਦੋਂ ਬਚਪਨ ਵਿੱਚ ਸਾਰਾ ਤੁਰਨਾ ਫਿਰਨਾ ਸਾਰਾ ਸਾਰਾ ਜੀ। ਜਿਹੜਾ ਸੀ ਇਹਦਾ ਭਗਤ ਦਾ ਮੁੰਡਾ ਕ੍ਰਿਸ਼ਨ, ਇਹਦੇ ਨਾਲ ਬੜੀ ਸੀ ਉਹ, ਮਤਲਬ ਜਿਹੜਾ ਮਤਲਬ ਜਹਰਾ ਸੀ, ਚੈਨ ਸੀ, ਇਸ ਤਰ੍ਹਾਂ ਮੁੰਡਿਆਂ ਦਾ ਜਿਹੜੇ ਆਪਣੇ ਹਾਣੇ ਭਰਾਉਣੇ ਸਨ। ਚਲੋ ਸਹੀ ਹੈ, ਤੁਹਾਡੀ ਬੜੀ ਬੜੀ ਮਿਹਰਬਾਨੀ, ਤੁਸੀਂ ਗੱਲਬਾਤ ਕੀਤੀ ਹੈ, ਬਸ ਇਹੀ ਜਿੰਨੀ ਜਿੰਨੀ ਸਾਨੂੰ ਕੋਈ ਯਾਦ ਰਹੀ ਉਹ ਹੀ ਕੀਤੀ ਹੈ। ਨਹੀਂ, ਸਹੀ ਯਾਦ ਇੰਨਾ ਨਹੀਂ ਸਾਡੇ ਐਡਾ ਨੋਟਮਾਰ ਲੋਕ ਕਰਦੇ ਵੇਖੇ ਨੇ, ਆਪ ਨਹੀਂ ਕੀਤੀ, ਹਾਂਜੀ ਹਾਂਜੀ, ਕਰਦੇ ਵੇਖੇ ਗੱਖਣੋਂ ਵੀ ਆ ਕੇ।